चरण कमल जाके हृदय बसे सो जन क्यों डोले देव मानो सब सुख नौ निध ताके सहज सहज जस बोले देव। चरण कमल जाके हृदय बसे सो जन क्यों डोले देव जिदे चरण असल दे विच जद गुर के चरण कहने असी ज्ञान दे चरण गुर के चरण बसे मेरे हीरे ओह गुण ने सारे सारे गुणा दे विचों जब विचारदे आ तां ज्ञान प्राप्त जिहड़ा हुंदा है ओह ज्ञान गुरु है। गुण काहे ने ना गुरबाणी गुण विचारे ज्ञानी सोए गुण में ज्ञान प्राप्त होए ये चरण गुर के चरण जिहड़े ने गुण ने सारे जिहड़े गुरबाणी दे जिहदे हिरदे विच गुण बस जाणे लगी गल दी पहले गुणे बसाउणे क्योंकि बिन गुण किते भगती नहीं है जे गुण दी धारण किते गुण पैदा कर लेने अंदर औगण त्यागणे ने औगणा की माला ला देनी है गुणा की पालनी सगल गुणा गल हार औगणा का हार ला के ही गुणा का हार पऊगा जब औगणा के हार का पता लग गया ना भी यह भैड़ा लगता है ਜਿਨ੍ਹਾਂ ਦੇ ਔਗਣਾਂ ਦਾ ਹਾਰ ਹੈ ਨਾ ਇੱਥੇ ਨਾ ਉੱਥੇ ਉਹਨੂੰ ਚੰਗਾ ਨਹੀਂ ਬੋਲਦੇ ਜਿਹੜੀ ਬੁੱਧ ਨੇ ਔਗਣਾਂ ਦਾ ਹਾਰ ਪਾਇਆ ਹੋਇਆ ਉਹਨੂੰ ਕਬੀਰ ਕਹਿ ਰਿਹਾ ਪਹਿਲੀ ਗੱਲ ਹੈ ਜਿਹੜੀ ਬੁੱਧ ਸੀ ਨਾ ਮੇਰੀ ਔਗਣਾਂ ਦੇ ਹਾਰ ਵਾਲੀ ਔਗਣਾਂ ਦਾ ਹਾਰ ਪਾਇਆ ਸੀ ਕਹਿੰਦੇ ਪਹਿਲੀ ਕੁਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ ਔਗਣਾਂ ਦੇ ਹਾਰ ਵਾਲੀ ਬੁੱਧੀ ਸੀ ਮਨਮੱਤਾਂ ਸਭ ਔਗਣਾਂ ਦੇ ਹਰ ਵਾਲੀਆਂ ਨੇ ਔਗਣਾਂ ਦਾ ਹਰ ਹੁੰਦਾ ਨਾ ਪਾਇਆ ਆ ਜਿਹੜੇ ਹੀਰੇ ਜਵਾਹਰ ਆ ਸੰਸਾਰੀ ਨੇ ਔਗਣਾਂ ਦਾ ਹਰ ਹੈ ਪਾਇਆ ਨਾ ਕਿਉਂਕਿ ਬੜਾ ਬਣਨ ਦੀ ਇੱਛਾ ਹੈ ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ ਕੁਜਾਤ ਸੀ ਕੁਜਾਤ ਕਿਉਂ ਸੀ ਆਪਣੇ ਆਪ ਨੂੰ ਬੜਾ ਸਮਝਦੀ ਦੂਏ ਨੂੰ ਛੋਟਾ ਸਮਝਦੀ ਸੀ ਆਪਣੀ ਮੱਤ ਨੂੰ ਚੰਗਾ ਸਮਝਦੇ ਦੂਏ ਦੀ ਨੂੰ ਭੈੜੀ ਸਮਝਦੇ ਦੂਜੀਆਂ ਮੱਤਾਂ ਕਰੂਪ ਸੀ ਰੂਪ ਚੰਗਾ ਨਹੀਂ ਸੀ ਉਹਦਾ ਸੁੰਦਰ ਸਰੂਪ ਨਹੀਂ ਸੀ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਣ ਵਾਲੀ ਨਹੀਂ ਸੀ ਕੁਜਾਤ ਸੀ ਜਾਤ ਵੀ ਚੰਗੀ ਨਹੀਂ ਸੀ ਕੁਲੱਖਣੀ ਲੱਛਣ ਚੰਗੇ ਨਹੀਂ ਸੀ ਉਹਦੇ ਮਨ ਦੇ ਵਿੱਚ ਕਪਟ ਰੱਖਦੀ ਸੀ ਕੁਟਲਤਾ ਰੱਖਦੀ ਸੀ ਕੁਟਲਤਾ ਹੈ ਦੂਏ ਨੂੰ ਭੇਤ ਨਹੀਂ ਦੇਣਾ ਆਪਣਾ ਆਪਣੇ ਜਿਹੜੇ ਚੇਲੇ ਨੇ ਉਹਨਾਂ ਨਾਲ ਧੋਖਾ ਕਰਨਾ ਜਾਏ ਆਪਣੇ ਉਹਨਾਂ ਦਾ ਨੁਕਸਾਨ ਕਰਦੀ ਸੀ ਆਪਣੇ ਜਾਇਆ ਦਾ ਵੀ ਉਹਨਾਂ ਨੂੰ ਗਿਆਨ ਨਾ ਹੋ ਜਾਵੇ ਇਹ ਮੇਰੇ ਤੱਕੇ ਸੀਮਤ ਰਹਿਣ ਸਾਡੇ ਨਾਲ ਜੁੜੇ ਰਹਿਣ ਜੋ ਮੈਂ ਕਾਂ ਜੋੜ ਸਕ ਉਹਨੂੰ ਟੀਕਾ ਟਿੱਪਣੀ ਨਾ ਕਰਨ ਗਿਆਨ ਇਹਨਾਂ ਨੂੰ ਹੋਵੇ ਹੀ ਨਾ ਜੇ ਗਿਆਨ ਹੋ ਗਿਆ ਤਾਂ ਮੇਰੇ ਤੇ ਸ਼ਰਧਾ ਨਹੀਂ ਰਹਿਣੀ ਸ਼ਰਧਾ ਪਾ ਕੇ ਸ਼ਰਧਾ ਬਸ ਕਰਕੇ ਆਪਣੇ ਨੂੰ ਜੋੜ ਕੇ ਰੱਖਣੇ ਸ਼ਰਧਾ ਵਾਲੇ ਗਿਆਨਵਾਨ ਨਹੀਂ ਹੁੰਦਾ ਸ਼ਰਧਾ ਵਾਲਾ ਲੋਭੀ ਹੁੰਦਾ ਗਿਆਨਵਾਨ ਭਰੋਸਾ ਵਾਲਾ ਹੁੰਦਾ ਗਿਆਨ ਤੇ ਬਿਨਾਂ ਭਰੋਸਾ ਨਹੀਂ ਹੁੰਦਾ ਜੇ ਉਹਨੂੰ ਗਿਆਨ ਹੋ ਜੂਗਾ ਜਿਹੜੀ ਚੀਜ਼ ਆਪਾਂ ਨੂੰ ਸਮਝ ਆ ਜੂਗੀ ਭਰੋਸਾ ਤਾਂ ਹੋਊਗਾ ਜਿੰਨਾ ਚਿਰ ਉਹ ਸਮਝ ਨਹੀਂ ਆਉਂਦੀ ਗੱਲ ਦੀ ਜੁੜੇ ਰਹਿੰਦੇ ਆ ਸ਼ਰਧਾ ਕਰਕੇ ਲਾਲਚ ਕਰਕੇ ਕੋਈ ਸੰਤਾਂ ਤੋਂ ਸ਼ਾਇਦ ਤਰੱਕੀ ਹੋ ਜੂ ਸਾਡੀ ਕਾਰੋਬਾਰ ਦੀ ਇਹ ਹੋ ਉਹ ਲਾਲਚ ਨਾਲ ਜੁੜੇ ਹੁੰਦੇ ਗੁਰੂ ਵੀ ਲਾਲਚੀ ਚੇਲਾ ਵੀ ਲਾਲਚੀ ਸ਼ਰਧਾ 'ਚ ਰੱਖਣ ਵਾਲਾ ਗੁਰੂ ਵੀ ਲਾਲਚੀ ਹੁੰਦਾ ਸ਼ਰਧਾਵਾਨ ਚੇਲਾ ਵੀ ਲਾਲਚੀ ਹੁੰਦਾ ਲਾਲਚ ਦੀ ਅਰਦਾਸਾਂ ਕਰਦਾ ਗੁਰਦਾਰੇ ਰੋਜ਼ ਲਾਲਚ ਦੀਆਂ ਅਰਦਾਸਾਂ ਹੀ ਹੁੰਦੀਆਂ ਨੇ ਪਹਿਲੀ ਕਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ ਸਹੁਰੇ ਦਰਗਾਹ ਦੇ ਵਿੱਚ ਵੀ ਉਹ ਬੁਰੀ ਸੀ ਇੱਥੇ ਵੀ ਲੋਕ ਬੁਰੀ ਸਮਝਦੇ ਸੀ ਕੋਈ ਜੇ ਚੰਗਾ ਸਮਝਦੇ ਸੀ ਬੁਰਾ ਵੀ ਸਮਝਦੇ ਸੀ ਹੁਣ ਮੁਸਲਮਾਨ ਮਤ ਨੂੰ ਹਿੰਦੂ ਬੁਰਾ ਸਮਝਦੇ ਨੇ ਹਿੰਦੂ ਮਤ ਨੂੰ ਮੁਸਲਮਾਨ ਬੁਰਾ ਸਮਝਦੇ ਨੇ ਔਰ ਬੋਧੀ ਬੁਰਾ ਸਮਝਦੇ ਨੇ ਹੋਰ ਬੁਰਾ ਸਮਝਦੇ ਨੇ ਆਪਣੀ ਮਤ ਨੂੰ ਆਪ ਚੰਗਾ ਸਮਝੀਦਾ ਦੂਏ ਸਾਰੇ ਬੁਰਾ ਸਮਝਦੇ ਨੇ ਦੂਜੀਆਂ ਮੱਤਾਂ ਨੇ ਇਵੇਂ ਸਾਰਿਆਂ ਦਾ ਹਾਲ ਹੈ ਇਹ ਲੋਕ ਜੀ ਵੀ ਬੁਰਾ ਮੰਨਣ ਵਾਲੇ ਜ਼ਿਆਦਾ ਨੇ ਸਿੱਖ ਚਾਹੇ ਆਪਣੀ ਮਤ ਨੂੰ ਕਿੰਨੀ ਉਹ ਚੰਗੀ ਮੰਨਣ ਜਿਹੜੀ ਅੱਜ ਹੈ ਇਹਨਾਂ ਕੋਲ ਅੱਜ ਦੀ ਗੱਲ ਹੈ ਜਿਹੜੀ ਪ੍ਰਚਾਰ ਹੁੰਦੀ ਹੈ ਲੋਕ ਨੇ ਇਹਨੂੰ ਚੰਗਾ ਸਮਝਦੇ ਪਰ ਚੰਗੇ ਹਨ ਵੀ ਨਹੀਂ ਹੈ ਕਿਉਂਕਿ ਗੁਰਬਾਣੀ ਤਾਂ ਖਰੇ ਨਹੀਂ ਹਨ ਗੁਰਬਾਣੀ ਨੂੰ ਨਹੀਂ ਕੋਈ ਮਾੜਾ ਕਹਿੰਦਾ ਇਹਨਾਂ ਨੂੰ ਨਹੀਂ ਚੰਗਾ ਕਹਿੰਦਾ ਇਹ ਖੋਟੇ ਨੇ ਨਾ ਗੁਰਬਾਣੀ ਛੱਡ ਜਾਓ ਬੈਠੇ
गुरमत त्याग बैठे, गुरमत कह दिया लालच ना करो लालची ने, गुरमत कह दिया पराया हक ना खाओ खांदे ने, गुरमत कह दिया सारिया नू सरबत्ता भला है कल कले सिखा का भला, कले सिखा की लड़ाई लड़ते ने तो फिर दूए कौन ने। ਉਹ ਜਿਹੀ ਹੋ ਗਏ ਜਿਹੀਆਂ ਦੂਜੀਆਂ ਮੱਤਾਂ ਨੇ, ਬਲਕਿ ਕਈ ਮੱਤਾਂ ਇਹਨਾਂ ਨੂੰ ਚੰਗੀਆਂ ਨੇ ਜਿਵੇਂ ਈਸਾਈ ਨੇ, ਇਹਨਾਂ ਨੂੰ ਚੰਗੇ ਨੇ। ਉਹ ਧਰਮ ਦਾ ਪੈਸਾ ਲੋਕਾਂ ਹੋਰਨਾਂ 'ਤੇ ਖਰਚ ਕਰਦੇ ਨੇ, ਆਪਣੇ 'ਤੇ ਖਰਚ ਕਰਦੇ ਨੇ, ਦੂਏ 'ਤੇ ਨਹੀਂ ਕਰਦੇ ਖਰਚ। ਉਹ ਵਰਲਡ ਵਿੱਚ ਹੋਰ ਬਹੁਤ ਕੁਝ ਧਰਮ ਦੇ ਪੈਸੇ ਨਾਲ, ਜਿਹੜਾ ਉਹਨਾਂ ਦਾ ਪੈਸਾ ਚਰਚ ਦਾ ਪੈਸੇ ਨਾਲ, ਹੋਰ ਕੁਛ ਕਰਦੇ ਨੇ ਗਰੀਬਾਂ 'ਤੇ, ਇਹ ਨਹੀਂ ਕਰਦੇ। ਇਹ ਕਹਿੰਦੇ ਆਪਣੇ ਕਾਲਜ ਆਪਣੀ ਤਰੱਕੀ ਕਰੋ, ਬਈ ਇਹ ਕਹਿੰਦੇ ਨਹੀਂ ਜ਼ਹਿਰ ਨੂੰ ਆਪੇ ਖਾ ਲਓ ਦੂਏ ਨੂੰ ਨਹੀਂ ਦੇਣੀ, ਤਾਂ ਕਿ ਛੇਤੀ ਮਰੀਏ, ਛੇਤੀ ਖਾਓਗੇ ਛੇਤੀ ਮਰੋਗੇ, ਤੁਸੀਂ ਜ਼ਿਆਦਾ ਖਾਓਗੇ ਜ਼ਿਆਦਾ ਮਰ ਜਾਓਗੇ। ਇਹ ਬੁੱਧ ਭ੍ਰਸ਼ਟ ਹੋ ਗਈ ਇਹਨਾਂ ਦੀ ਭ੍ਰਸ਼ਟ ਬੁੱਧੀ ਨੂੰ। ਲੋਕ ਤਾਂ ਜਾਣਦੇ ਨੇ ਅਸੀਂ ਜੋ ਮਰਜ਼ੀ ਆਪਣੇ ਆਪ ਨੂੰ ਕਹੀ ਜਾਈਏ, ਅਤੇ ਸਾਨੂੰ ਜੇ ਕੋਈ ਬੂਤੇ ਮਾੜਾ ਨਹੀਂ ਕਹਿੰਦਾ ਤਾਂ ਮਤਲਬ ਇਹ ਨਹੀਂ ਹੈਗਾ ਬੂਤੇ ਮਾੜਾ ਕੋਈ ਕਿਸੇ ਨੂੰ ਕਹਿੰਦਾ ਹੀ ਨਹੀਂ ਹੁੰਦਾ, ਉਹਨੇ ਲੜਾਈ ਗੱਲ ਪਾਉਣੀ ਮਾੜਾ ਕਹਿ ਕੇ ਕਿਉਂ ਕਹੇ, ਕਿਉਂ ਕਹੇ ਬੂਤੇ ਹਾਂ ਹੂੰ ਕਰੀ ਜਾਂਦੇ ਨੇ, ਸਾਰੇ ਜਾਣਦੇ ਨੇ ਅੰਦਰੋਂ ਜਾਣਦੇ ਨੇ ਸਾਰੇ ਵੀ ਕੀ, ਸਾਰੇ ਜਾਣਦੇ ਨੇ। ਇਹ ਜਿਹੜੀ ਪਹਿਲੀ ਬੁੱਧ ਸੀ ਕਹਿੰਦਾ ਕੁਰੂਪ ਕੁਜਾਤ ਕੁਲੱਖਣੀ ਸਹੁਰੇ ਪਈਏ ਬੁਰੀ, ਅਪ ਕੀ ਸੁੰਦਰ ਸਰੂਪ ਸੁਲੱਖਣੀ ਸਹਿਜੇ ਉਧਰ ਧਰੀ। ਅਸਲ ਦੇ ਵਿੱਚ ਜਿਹੜੀ ਸਾਡੀ ਬੁੱਧ ਹੈ, ਜਿਹੜੀ ਗੁਰਮਤਿ ਤੋਂ ਬੁੱਧ ਜਿਹੜੀ ਵਿਵੇਕ ਬੁੱਧੀ ਹੈ, ਉਹ ਸੁੰਦਰ ਸਰੂਪ ਸੁਜਾਨ ਸੁਲੱਖਣੀ ਹੈ, ਉਹਨੂੰ ਨਹੀਂ ਕੋਈ ਨਿੰਦਦਾ। ਉਹ ਹੈ ਦਰਜ ਸਾਡੇ ਗੁਰਬਾਣੀ 'ਚ, ਉਹਦੇ ਨਹੀਂ ਖਿਲਾਫ ਲੋਕ। ਆਹ ਜਿਹੜੀ ਹੁਣ ਸਾਡੇ ਕੋਲ ਇਹਦੇ ਖਿਲਾਫ ਨੇ, ਇਹ ਗੁਰਮਤ ਅਨੁਸਾਰ ਸਾਡੇ ਕੋਲ ਬੁੱਧ ਹੈ ਹੀ ਨਹੀਂ। ਜਿੱਦਣ ਗੁਰਮਤ ਵਾਲੀ ਬੁੱਧ ਹੋ ਜੂ ਇਹਦੇ ਨਾਲ ਮੇਲ ਖਾਣ ਵਾਲੀ, ਸਾਰੇ ਲੋਕ ਫਿਰ ਇਹਦੀ ਇੱਜ਼ਤ ਕਰਨਗੇ, ਫਿਰ ਇੱਜ਼ਤ ਹੋ ਜੂਗੀ। ਸੀ ਸਿੱਖਾਂ ਦੀ ਇੱਜ਼ਤ, ਮੁਸਲਮਾਨ ਵੀ ਕਰਦੇ ਸੀ, ਵਿਸ਼ਵਾਸ ਕਰਦੇ ਸੀ, ਉਦੋਂ ਕਰਦੇ ਸੀ ਜਦੋਂ ਉਹਨਾਂ ਕੋਲ ਗੁਰਮਤ ਵਾਲੀ ਬੁੱਧ ਸੀ। ਅੱਜ ਕੋਈ ਵਿਸ਼ਵਾਸ ਕਿਉਂ ਨਹੀਂ? ਅੱਜ ਅਸੀਂ ਆਪ ਨਹੀਂ ਇੱਕ ਦੂਏ 'ਤੇ ਕਰਦੇ, ਦੂਆ ਦਾ ਕਿਹੜਾ ਕਰੂਗਾ? ਦੂਆ ਕੌਣ ਕਰੂਗਾ? ਇੱਕ ਦੂਏ 'ਤੇ ਲੀਡਰ ਨਹੀਂ ਕਰਦੇ, ਕੋਈ ਜਹੇਦਾਰ ਜਹੇਦਾਰ 'ਤੇ ਵਿਸ਼ਵਾਸ ਨਹੀਂ ਕਰਦਾ, ਕੋਈ ਗ੍ਰੰਥੀ ਗ੍ਰੰਥੀ 'ਤੇ ਵਿਸ਼ਵਾਸ ਨਹੀਂ ਕਰਦਾ, ਕੋਈ ਰਾਗੀ ਰਾਗੀ 'ਤੇ ਵਿਸ਼ਵਾਸ ਨਹੀਂ ਕਰਦਾ, ਕੋਈ ਪ੍ਰਚਾਰਕ ਪ੍ਰਚਾਰਕ 'ਤੇ ਵਿਸ਼ਵਾਸ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਗੁਰਮਤ ਤਿਆਗ ਤੀ, ਲੋਹ ਬਸ ਨੇ ਸਾਰੇ, ਸਾਰੇ ਲੋਹ ਬਸ ਨੇ, ਕੁੱਟ ਲਗਾਉਣ ਸਾਰਿਆਂ ਦੇ ਵਿੱਚ ਆ ਗਈ, ਕੁੱਟਣਦਾ ਦੀ ਨੀਤੀ ਸਾਰਿਆਂ ਕੋਲ ਹੈ, ਸਿਆਸਤ ਕੁੱਟਣ ਨੀਤੀ ਹੈ, ਹੋਰ ਕੀ ਹੈ, ਸਿਆਸਤ 'ਚ ਪੈ ਗਏ ਨਾ। ਹਾਂਜੀ, ਚਰਨ ਕਮਲ ਜਾ ਕੇ ਰਹਿਦੇ ਵਸੇ ਆ, ਜਿਹਦੇ ਹਿਰਦੇ ਵਿੱਚ ਗੁਣ ਵਸ ਜਾਣਗੇ ਨਾ, ਜਿਹੜਾ ਨਿਰਵੈਰ ਹੋਜੂ ਨਿਰਭਉ ਹੋਜੂ, ਸੋ ਜਨ ਗੁਣ ਬਹੁਤ ਨੇ, ਬਾਕੀ ਆਪੇ ਆ ਜਾਣਗੇ। ਨਿਰਵੈਰ ਹੋ ਜਾਵੇ, ਇੱਕੋ ਹੀ ਗੁਣ ਬਹੁਤ ਹੈ, ਕੋਈ ਨਿਰਵੈਰ ਹੋ ਜਾਵੇ, ਸਾਰੇ ਗੁਣ ਵਿੱਚ ਹੀ ਆ ਜਾਣਗੇ। ਇਹ ਹਾਰ ਐਸਾ, ਨਿਰਵੈਰ ਵਾਲਾ ਮਣਕਾ ਫੜ ਲਓ, ਸਾਰਾ ਹਾਰ ਨਾਲੇ ਆਊਗਾ, ਕੋਈ ਹਾਰ ਹੋਵੇ ਬਣਿਆ ਹੋਇਆ, ਇੱਕ ਮਣਕਾ ਫੜ ਲਈਏ, ਹਾਰ ਨਾਲੇ ਆਊਗਾ ਸਾਰਾ ਹੀ। ਇਹ ਮਣਕਾ ਮਣਕਾ ਕਰੋਈ ਦਾ ਨਹੀਂ ਹੁੰਦਾ, ਹਾਰ ਬਣਿਆ ਬਣਾਇਆ, ਇਹ ਹਾਰ ਤਾਂ ਬਣੇ ਬਣਾਏ ਹੁੰਦੇ ਨੇ। ਇਹ ਹਾਰ ਐਸਾ, ਤੁਸੀਂ ਕੋਈ ਮਣਕਾ ਫੜ ਲਓ ਇਹਦਾ, ਇੱਕ ਅਕਾਲ ਮੂਰਤ ਹੋ ਜਾਓ ਤੁਸੀਂ, ਚਲੋ ਤਾਂ ਹਾਰ ਸਾਰਾ ਹੀ ਆਜੂਗਾ, ਨਾਲ ਨਿਰਵੈਰ ਹੋਣਾ ਹੀ ਪਊਗਾ। ਅਕਾਲ ਦਾ ਪਰਮੇਸ਼ਰ ਹੈ, ਨਿਰਵੈਰ ਹੈ ਉਹ, ਪਰਮੇਸ਼ਰ ਦੇ ਗੁਣ ਨੇ ਇਹ, ਇੱਕ ਦੇ ਗੁਣ ਨੇ, ਇੱਕ ਦੇ ਗੁਣ ਨੇ, ਜਦ ਇੱਕ ਹੋਊਗਾ ਤਾਂ ਇਹ ਗੁਣ ਪੈਦਾ ਹੋਣੇ ਨੇ, ਪਹਿਲਾਂ ਹੋਣੇ ਹੀ ਨਹੀਂ। ਇੱਕ ਗੁਣ ਵੀ ਜਦ ਪੈਦਾ ਹੋਊ ਪੂਰਾ, ਜਦ ਇੱਕ ਹੋ ਜਾਊਗਾ ਇਹ, ਫਿਰ ਗਲ ਚ ਹਾਰ ਆਉਣਾ ਇਹਦੇ, ਸਗਲ ਗੁਣਾਂ ਗਲ ਹਾਰ। ਲੋਭ ਛੱਡ ਕੇ ਹੀ ਇੱਕ ਹੋ ਸਕਦਾ, ਕਲਪਨਾ ਛੱਡ ਕੇ ਇੱਕ ਹੋ ਸਕਦਾ, ਮੋਹ ਛੱਡ ਕੇ ਇੱਕ ਹੋ ਸਕਦਾ। ਜਦ ਇਹ ਚੀਜ਼ਾਂ ਛੱਡਦੀਆਂ, ਫਿਰ ਆਪਣਾ ਪਰਾਇਆ ਕੌਣ ਰਹਿ ਗਿਆ, ਫਿਰ ਵੈਰੀ ਬਗਾਨਾ ਕੌਣ ਰਹਿ ਗਿਆ? ਜੇ ਨਿਰਵੈਰ ਹੈ, ਵੈਰੀ ਬਗਾਨਾ ਨਹੀਂ ਹੈ, ਜੇ ਨਿਰਵੈਰ ਹੈ, ਆਪਣਾ ਪਰਾਇਆ ਨਹੀਂ ਹੈ, ਦੋਵੇਂ ਗੱਲਾਂ ਝਗੜਾ ਪਾਉਂਦੀਆਂ, ਆਪਣਾ ਪਰਾਇਆ ਵੈਰੀ ਬਗਾਨਾ, ਦੋਵੇਂ ਚੀਜ਼ਾਂ ਝਗੜਾ ਪਾਉਂਦੀਆਂ। ਜੇ ਸਾਰੇ ਹੀ ਆਪਣਾ ਸਭ ਕੋ ਬੀਤ ਹਮ ਆਪਣ ਹਮ ਸਭ ਹੋ ਕੇ ਸਾਜਨ, ਜਾਂ ਸਾਰਿਆਂ ਨੂੰ ਬੀਤ ਬਣਾ ਲਿਆ, ਆਪਾਂ ਨੂੰ ਸਾਰੇ ਹੀ ਸੱਜਣ ਕਹਿਣਗੇ, ਆਪੇ ਸੱਜਣ ਕਹਿਣਗੇ। ਹਾਂਜੀ,
चरण कमल जाके हृदय बसे, चरण कमल जाके हृदय बसे, सो जन को डोले दे गुण हृदय विच ओदी की हुंदा, ओदी ओदा नक्शा दसे इहदे च। ओ आदमी कहा जांदा उसे दा नक्शा दसे। हां जी, सौ जन क्यों डोले देव, सौ जन क्यों डोले देव। पहली गल तो डोलता ही नहीं है, चाहे मौत भी खड़ी रहे पूरे डोले ना, कोई साहबजादे डोल गए, कौन डोलिया खोपरियां लै गया, कोई डोल गए, कबीर नूं हाथी मूहरे सिटिया डोल गए। ये डोलते क्यों डोले देव लिखे, कबीर ने लिखा, कबीर नूं हाथी मूहरे सिटिया, कहिंदे देखदे तू डोलदा कि नहीं डोलदा, लिखता कहिंदे इहनूं परखो वी डोलदा गल्लां करदा कि डोलूगा। अगले परख लेंदे ने फिर अहंकारी ने ना दूए पासे वाले, राजा किवें पर ये गल बर्दाश्त करे डोलदा नहीं मैं, ये राजे नूं चैलेंज है, ये मौत नूं चैलेंज है। असल दे विच मौत दा डर, राजे कोल मौत दा डर होंदा होर कोई नहीं होंदा, राजे कोल मौत तो बिना होर कोई डर नहीं है दुनिया नूं अपने काबू करन वास्ते। सब तो बड़ा डर मौत है ना। हाँ जी, मानो सब सुख नौनित ताके सहज सहज जस बोले देव। ये गल तो हो गई डोलदा दी, हुण गल दूई उहदे नाल शर्त यह है कि ओए मन लो तुसी के नौनित उहदे कोल नवां खजाना हुंदा ताके सहज सहज जस बोले देव। सहज अवस्था च हो के वह अडोल अवस्था च हो के वह जस करदा हुंदा परमेश्वर दा, गुरबाणी उहनां ने रची, जिन्हां ने गुरबाणी रची है उहनां दी गल है। देखदा क्यों नहीं है, संत क्यों बनिया होया, अपने अंदर मानता दूजे अंदर नहीं मानता। जब कुटल त्याग दिंदा है, कुटल गांठ खोल दिंदा है, कुटल होंदी है दूसरे का शोषण करना, अपनियां खोटियां भी खरियां ने, अगलियां दियां खरियां भी खोटियां ने, ਦੂਜਿਆਂ ਦੀਆਂ ਖਰੀਆਂ ਗੱਲਾਂ ਵੀ ਖੋਟੀਆਂ ਨੇ, ਮੇਰੀਆਂ ਖੋਟੀਆਂ ਵੀ ਖਰੀਆਂ ਨੇ, ਇਹ ਕੁਟਲ ਗਾਂਠ ਹੈ। ਮੇਰੇ ਔਗਣ ਵੀ ਗੁਣ ਨੇ, ਤੁਹਾਡੇ ਗੁਣ ਵੀ ਔਗਣ ਨੇ, ਇਹ ਕੁਟਲਤਾ ਹੈ, ਕੁਟਲਤਾ ਚੱਲਣਾ, ਇਹ ਕੁਟਲਤਾ ਦੀ ਚਾਲ ਹੈ। ਇਹ ਕੌਣ ਨੇ, ਇਹ ਪੰਡਿਤ ਹੈ, ਇਹ ਸੰਤ ਨੇ, ਜਿੰਨੇ ਵੀ ਮਨਮਤਾਂ ਵਾਲੇ ਨੇ, ਮਨਮਤੀਏ ਨੇ, ਮਨਮੁੱਖ ਨੇ, ਉਹ ਕੁਟਲ ਨੇ ਸਾਰੇ ਹੀ। ਆਪਣੀ ਗਲਤ ਵੀ ਠੀਕ ਮੰਨ ਕੇ ਛੱਡਣੀ ਨਹੀਂ, ਪ੍ਰਚਾਰ ਨਹੀਂ ਹੈ, ਸੱਚ ਨੂੰ ਤੋੜ ਮਰੋੜ ਕੇ ਸਿੱਧ ਕਰਨਾ ਵੀ ਇਹ ਗਲਤ ਹੈ। ਜਿੰਨੀ ਵੀ ਉਹਨਾਂ ਦਾ ਤਾਣ ਲੱਗਣਾ ਸੱਚ ਨੂੰ ਲੀਓ ਲਾਉਣ ਦੇ ਵਿੱਚ, ਇਹਦੇ ਅਰਥ ਬਣਾਉਣੇ ਨੇ, ਇਹਦਾ ਕੋਈ ਪਾਠ ਅੰਤਰ ਕਰਨ, ਕੁਛ ਵੀ ਕਰਨ, ਆਪਣੀ ਗੱਲ ਨੂੰ ਸਹੀ ਬਣਾਉਣ ਵਾਸਤੇ ਇਹਦੇ ਨਾਲ ਖਿਲਵਾੜ ਕਰਨਗੇ, ਇਹ ਕੁਟਲਵਾਣ ਹੈ। ਦੂਜੇ ਦੇ ਵਿੱਚ ਸਾਰਿਆਂ ਦੇ ਸਾਰੇ ਬਰਾਬਰ ਨੇ, ਸਾਰਿਆਂ ਦੇ ਵਿੱਚ ਵੀ ਸਭਾ ਘੱਟ ਰਾਮ ਬੋਲਦਾ ਜਾਂ ਘੱਟ ਘੱਟ ਮੈਂ ਹਰਜੂ ਵੱਸਦਾ, ਇਹ ਗੱਲ ਨਹੀਂ ਮੰਨਣੀ, ਇਹ ਕੁਟਲਤਾ ਹੈ। ਮੰਨਦਾ ਕਾਹਦਾ, ਜਾਂ ਕੁਟਲ ਦੀ ਗਾਂਠ ਖੁੱਲ੍ਹ ਜਾਂਦੀ ਹੈ, ਛੱਡ ਦਿੰਦਾ ਕੁਟਲਤਾ ਨੂੰ, ਫਿਰ ਮੰਨਦਾ ਵੀ ਇਹ ਬੁੱਧ ਸਮਾਜ ਨਹੀਂ ਸਾਰਿਆਂ ਦੇ ਅੰਦਰ ਹੈ। ਜਾਣਦਾ ਹੋਇਆ ਵੀ ਮੰਨਦਾ ਨਹੀਂ ਹੈ ਪਹਿਲਾਂ, ਜਦ ਕੁਟਲਤਾ ਦੀ ਗੱਠ ਖੋਲ੍ਹ ਲੈਂਦਾ ਅੰਦਰੋਂ ਆਪ, ਕੁਟਲਤਾ ਦੀ ਗੱਠ ਆਪ ਰਾਈ ਹੋਈ ਹੈ, ਬਣਾਈ ਹੋਈ ਹੈ ਵੀ ਮੰਨਣਾ ਨਹੀਂ। ਹਰਾਮਪਣਾ ਫੜਿਆ ਹੋਇਆ ਜਿੰਨਾ ਚਿਰ, ਜਿੰਨਾ ਚਿਰ ਮਨ ਹਰਾਮੀ ਹੈ ਨਾ ਹੁਜਤਾਂ ਢੇਰ, ਉਹ ਕੁਟਲਤਾ ਦੀ ਗੱਠ ਉਸ ਨੂੰ ਕਹਿੰਦੇ ਨੇ, ਮਨ ਹਰਾਮੀ ਹੁਜਤਾਂ ਢੇਰ। ਕੁਟਲ ਗਾਂਠ ਜਬ ਖੁੱਲੇ ਦੇਵ, ਜਦ ਕੁਟਲਤਾ ਦੀ ਗੱਠ ਖੁੱਲ੍ਹ ਜਾਂਦੀ ਹੈ, ਫਿਰ ਸਾਰਿਆਂ ਦੇ ਵਿੱਚ ਉਹੀ ਬੁੱਧ ਲੱਗਦੀ ਹੈ ਆਪਣੇ ਵਾਲੀ, ਸਾਰੇ ਬਰਾਬਰ ਲੱਗਦੇ ਨੇ, ਫਿਰ ਸਾਰੇ ਬਰਾਬਰ ਲੱਗਦੇ ਨੇ, ਫਿਰ ਨਾ ਕੋਈ ਆਪਣਾ, ਨਾ ਕੋਈ ਪਰਾਇਆ, ਨਾ ਕੋਈ। ਫਿਰ ਆ ਜਿਹੜੇ ਚਾਰ ਵਾਲਣ ਮਿਟ ਜਾਂਦੇ ਨੇ, ਚਾਰ ਵਾਲਣ ਉਦੋਂ ਤੱਕ ਨੇ ਜਿੰਨਾ ਚਿਰ ਕੁਟਲ ਦਿੱਤੀ ਹੈ, ਫਿਰ ਨਹੀਂ ਵਾਲਣ ਕੋਈ ਰਹਿੰਦਾ। ਫਿਰ ਮਾਨਸਿਕੀ ਜਾਤ ਸਭੇ ਇੱਕ ਪਹਿਚਾਣੋ, ਫਿਰ ਤਾਂ ਸਾਰੇ ਜੀ ਜਾਂਦੇ ਇੱਕੋ ਹੀ ਲੱਗਦੇ ਨੇ, ਸਾਰੇ ਮਾਨਸ ਦੇ ਥੱਲੇ ਵਾਲੇ ਵੀ
ਇੱਕੋ ਹੀ ਲੱਗਦਾ। ਹਾਂ, ਬਾਰ ਬਾਰ ਮਾਇਆ ਪੈ ਅਟਕੈ ਲੈ ਨਰ ਜਾ ਮਨ ਤੋਲੇ ਦੇਵ। ਜਿਸ ਵਕਤ ਨਰ ਆਦਮੀ ਜਦ ਤੋਲਦਾ ਨਾ ਇਹਨੂੰ ਗੁਰਬਾਣੀ ਨੂੰ ਵਿਚਾਰਦਾ ਤਾਂ ਮਾਇਆ ਤੇ ਅੜਕ ਜਾਂਦੀ ਹੈ ਗੱਲ ਜਾ ਕੇ। ਹੁਣ ਅਸੀਂ ਜਦ ਗੱਲ ਕਰਦੇ ਹਾਂ ਕਿਸੇ ਭਗਤ ਦੀ ਜਾਂ ਗੁਰੂ ਨਾਨਕ ਦੀ ਜਾਂ ਕਿਸੇ ਹੋਰ ਦੀ, ਉਹ ਸਰੀਰ ਦੇ ਮੂਹਰੇ ਆਉਂਦਾ ਸਾਡੇ, ਨਾਨਕ ਦਾ ਲੈਂਦੀ ਸਾਹ ਲਾਂਸ ਦੇਹ ਮੂਹਰੇ ਆ ਜਾਂਦੀ ਹੈ। ਇਹ ਪ੍ਰੋਬਲਮ ਆਈ ਆ ਕਬੀਰ ਨੂੰ ਵੀ, ਸਾਰਿਆਂ ਨੂੰ ਆਉਂਦੀ ਹੈ, ਸਾਨੂੰ ਵੀ ਇਹੀ ਆ ਰਹੀ ਹੈ, ਸਿੱਖਾਂ ਨੂੰ ਇਹੀ ਪ੍ਰੋਬਲਮ ਆ ਰਹੀ ਹੈ। ਜਦ ਇਹਨੂੰ ਤੋਲਦਾ ਨਾ, ਇਹ ਜਿਹੜੇ ਬੋਲ ਨੇ ਗੁਰਬਾਣੀ ਦੇ, ਤੋਲਣ ਤੋਲ ਬੋਲ ਸੱਚ ਪੂਰਾ, ਜਦ ਇਹਦੇ ਜੋ ਬੋਲਾਂ ਨੂੰ ਤੋਲਦਾ ਸੱਚ ਕਿੰਨਾ ਹੈ, ਇਹਨਾਂ ਦੀ ਸੱਚਾਈ ਨੂੰ ਤੋਲਦਾ ਹੈ, ਅਤੁੱਲ ਹੈ ਨਾ, ਯਾਨੀ ਅਤੁੱਲ ਨੂੰ ਜਦ ਵਿਚਾਰਦਾ ਹੈ ਗੁਰਬਾਣੀ, ਜਦ ਵਿਚਾਰਦਾ ਮਾਇਆ ਫਿਰ ਮੂਹਰੇ ਆ ਜਾਂਦੀ ਹੈ। ਮਾਇਆ ਹੀ ਮੂਹਰੇ ਆਉਂਦੀ ਹੈ, ਜਾਂ ਭਗਤ ਦੀ ਗੱਲ ਕਰਦਾ ਮਾਇਆ ਮੂਹਰੇ ਆ ਜਾਂਦੀ ਹੈ, ਜਦ ਮਾਂ ਪਿਓ ਦੀ ਗੱਲ ਕਰਦਾ ਮਾਇਆ ਵਾਲੇ ਮਾਂ ਪਿਓ ਮੂਹਰੇ ਆ ਜਾਂਦੇ ਨੇ। ਉਹ ਜਿਹੜੇ ਮਾਂ ਪਿਓ ਦੱਸੇ ਨੇ ਨਿਰਾਕਾਰ, ਉੱਥੇ ਨਹੀਂ ਬੁੱਧੀ, ਉੱਥੇ ਨਹੀਂ ਜਾਂਦੀ ਮਾਇਆ ਤੋਂ, ਗਾਹਾਂ ਬੁੱਧੀ ਨਹੀਂ ਜਾਂਦੀ ਮਾਇਆ ਤੇ, ਜਾਗ ਕੇ ਹੀ ਬੁੱਧੀ, ਕਿਉਂਕਿ ਇਹਦੇ ਕੋਲ ਗਿਆਨ ਇੰਦਰੇ ਮਾਇਆ ਨੂੰ ਦੇਖਣ ਵਾਲੇ ਨੇ, ਮਾਇਆ ਤੇ ਅਟਕਦਾ ਸਾਰੀ ਸ਼ੁਰੂ ਤੇ। ਹੁਣ ਮਾਇਆ ਤੋਂ ਜਾਣ ਦੇਖਣਾ ਕਹ, ਇਹ ਬੁੱਧੀ ਮਾਇਆ ਤੋਂ ਅੱਗੇ ਨਹੀਂ ਦੇਖ ਸਕਦੀ। ਜਦੋਂ ਤੱਕ ਇਹ ਵਿਵੇਕ ਬੁੱਧੀ ਨਹੀਂ ਬਣ ਜਾਂਦੀ, ਮਾਇਆ ਤੋਂ ਅੱਗੇ ਨੂੰ ਦੀਦਾ ਹੀ ਨਹੀਂ। ਇਸ ਕਰਕੇ ਗੁਰਬਾਣੀ ਨਹੀਂ ਵਿਚਾਰ ਹੋ ਰਹੀ ਕਿਸੇ ਤੇ ਵੀ, ਮਾਇਆ ਤੇ ਅੜ ਗਏ ਅੰਦਰ ਜਾ ਕੇ। ਇਸੇ ਕਰਕੇ ਪੰਡਿਤ ਨੇ ਕਰ ਜਿਹੜੇ ਸੀਗੇ, ਅੰਦਰਲੇ ਸਰੀਰ ਦੇ ਹੱਥ ਸੀ, ਬਾਹਰਲੇ ਸਰੀਰ ਦੇ ਹੱਥ ਬਣਾ ਲਏ, ਅੰਦਰਲਾ ਸਰੀਰ ਛੱਡ ਦਿੱਤਾ। ਜਿਹਦੀ ਗੱਲ ਹੈ ਦੇਹੀ, ਗੁਪਤ ਦੇਹੀ ਦੀ ਗੱਲ ਹੈ, ਗੁਪਤ ਦੇਹੀ ਤਿਆਗ ਕੇ ਬਾਹਰਲੀ ਜਿਹੜੀ ਜੜ ਦੇਹੀ ਹੈ ਇਹਦੀ ਗੱਲ, ਇਹਦੇ ਨਾਲ ਜੋੜ ਲਿਆ ਸਾਰੇ ਗਿਆਨ। ਭਾਵੇਂ ਕਬੀਰ ਨੇ ਗਿਆਨ ਦੇ ਦਿੱਤਾ, ਗੁਰਬਾਣੀ ਨੇ ਗਿਆਨ ਦੇ ਦਿੱਤਾ, ਪਰ ਅਸੀਂ ਬਾਹਰਲੇ ਸਰੀਰ ਨਾਲ ਜੋੜੀ ਬੈਠੇ ਹਾਂ। ਬਾਹਰਲੇ ਸਰੀਰ ਨਾਲ ਜੋੜ ਕੇ ਸੰਤ ਬਾਹਰਲੇ ਸਰੀਰ ਨਾਲ ਕਰਦੇ ਨੇ। ਚਰਨਾਂ ਦੀ ਧੂੜ ਆਇਆ ਚਰਨ ਬਣਾ ਲਏ, ਪੈਰ ਇਹ ਦੇਹੀ ਦੇ ਤੇ ਉੱਤੇ ਜਿਹੜੀ ਗਰਦ ਪਈ ਹੋਈ ਉਹਨੂੰ ਬਣਾ ਲਿਆ ਧੂੜ। ਅੱਡ ਗਏ ਨਾ ਮਾਇਆ ਤੇ, ਆ ਕੇ ਮਾਇਆ ਤੇ ਅੱਡ ਗਏ ਇਸ ਤਰੀਕੇ ਨਾਲ। ਸੰਤ ਬਣਾ ਲਿਆ ਸਰੀਰ ਨੂੰ ਕੱਪੜੇ ਬਣਾ ਕੇ, ਸਰੀਰ ਤਾਂ ਸੰਤ ਹੈ ਨਹੀਂ, ਸਰੀਰ ਤਾਂ ਸੰਤ ਹੈ ਨਹੀਂ, ਜਿਹੜਾ ਸਰੀਰ ਦੇ ਵਿੱਚ ਬੋਲਦਾ ਜੁੜਿਆ ਹੋਇਆ ਸਰੀਰ ਨਾਲ ਤਿਰਕੁਟੀ 'ਚ, ਉਹ ਵੀ ਸੰਤ ਨਹੀਂ ਹੈ। ਜਲ ਜੰਮਿਆ ਸੀ, ਅਸ਼ਾਂਤ ਜੰਮਿਆ ਸੀ, ਜੇ ਅਸ਼ਾਂਤ ਸੀ ਤਾਂ ਹੀ ਕੱਪੜੇ ਪਾ ਕੇ ਸੰਤ ਕਹਾਇਆ। ਸੰਤ ਕੱਪੜੇ ਪਾ ਕੇ ਕਹਾ ਲਿਆ ਪਰ ਸ਼ਾਂਤੀ ਮਿਲੀ ਨਹੀਂ, ਸ਼ਾਂਤੀ ਪ੍ਰਾਪਤ ਕਰਨ ਦੀ ਕੱਪੜੇ ਚਾਹੇ ਪਾਉਂਦਾ ਚਾਹੇ ਨਾ ਪਾਉਂਦਾ। ਅੰਮ੍ਰਿਤ ਛਕਣਾ ਸੀ ਨਾਮ ਸਿੱਖਾਂ ਨੇ, ਪੌੜ ਚਾਹੇ ਛਕਦੇ ਚਾਹੇ ਨਾ ਛਕਦੇ, ਪੌੜ ਤਾਂ ਪਹਿਲਾਂ ਕਿਹੜੇ ਛਕੀ ਸੀ ਕਿਸੇ ਨੇ, ਪਹਿਲਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੇ ਪੌੜ ਛਕੀ ਸੀ, ਲੈਣਾ ਨੇ ਅੰਮ੍ਰਿਤ ਛਕਿਆ ਨਾਨਕ ਤੇ ਪੌੜ ਤਾਂ ਲਈ ਨਹੀਂ ਸੀ। ਅਮਰਦਾਸ ਨੇ ਲੈਣਾ ਤੋਂ ਛਕਿਆ ਜਾਂ ਨਾਨਕ ਤੋਂ ਹੀ ਛਕਿਆ ਕਹਿ ਲਓ, ਦੂਏ ਨਾਨਕ ਤੋਂ ਛਕਿਆ, ਤੀਆ ਨਾਨਕ ਬਣਿਆ, ਪੌੜ ਤਾਂ ਲਈ ਨਹੀਂ ਸੀ। ਇਹ ਪੌੜ ਕੀ ਚੀਜ਼ ਹੈ ਜਿਹਨੂੰ ਅੰਮ੍ਰਿਤ ਕਹਿਤਾ? ਪੌੜ ਨੂੰ ਅੰਮ੍ਰਿਤ ਕਹਿ ਕੇ ਸਾਰੀ ਕਹਾਣੀ ਉਹ ਪੁੱਠਾ ਗੇੜਾ ਦੇ ਦਿੱਤਾ। ਜੇ ਅੰਮ੍ਰਿਤ ਹੈ ਤਾਂ 36 ਅੰਮ੍ਰਿਤ ਹਜੇ ਪਹਿਲਾਂ ਪਏ ਨੇ ਸਾਡੇ ਕੋਲ। ਅੰਮ੍ਰਿਤ ਹੈ ਬਹੁਤ ਘਟੀਆ ਚੀਜ਼ ਹੈ ਫਿਰ ਇਹ ਅੰਮ੍ਰਿਤ ਕਹਿ ਕੇ ਅਸੀਂ ਦੇਖੋ, ਬੁੱਧੀ ਆਪਣੇ ਮੂਰਖਾਂ ਮੂਰਖ ਜਿਹੜੇ ਨੇ ਉਹ ਆਪਣੇ ਆਪ ਨੂੰ ਬੁੱਧੀਵਾਨ ਜਾਂ ਸਮਝ ਰਹੇ ਨੇ, ਸਾਰੀ ਗੱਲ ਖਰਾਬ ਕਰ ਦਿੰਦੇ ਨੇ। ਮੂਰਖਾਂ ਨੇ ਉਹਨੂੰ ਅੰਮ੍ਰਿਤ ਦਾ ਲਾਉਣ ਦੇ ਦਿੱਤਾ, ਇਹ ਨਹੀਂ ਸੋਚਿਆ 36 ਅੰਮ੍ਰਿਤ ਇਹੋ ਜਿਹੇ ਪਹਿਲਾਂ ਹੀ ਪਏ ਨੇ ਸ਼ਾਸਤਰਾਂ ਦੇ ਬੰਨੇ ਹੋਏ। ਜੇ ਪ੍ਰਸਾਦ 36 ਅੰਮ੍ਰਿਤ ਖਾਏ ਤੇ ਠਾਕਰ ਕੋਲ ਰੱਖ ਮਨਵਾਏ। ਜਿਹੜਾ ਸਰੀਰ ਖਾਂਦਾ ਵਾ ਪੀਂਦਾ ਅੰਮ੍ਰਿਤ ਨੇ ਉਹ ਤਾਂ ਮਾਇਆ ਦੇ ਨੇ, 36 ਪਹਿਲਾਂ ਨੇ, ਇੱਕ ਨੰਬਰ ਹੋਰ ਵੱਧ ਕੇ 37 ਹੋ ਗਏ। ਵੈਸੇ 36 ਦਾ ਮਤਲਬ 36 ਨਹੀਂ 36 ਨਹੀਂ ਹੁੰਦਾ, 36 ਦਾ ਮਤਲਬ ਅਣਗਿਣਤ ਹੁੰਦਾ। 36 ਲਫ਼ਜ਼ ਆਇਆ ਹੋਇਆ ਅਣਗਿਣਤ, ਜਿੰਨੇ ਅਸੀਂ ਖਾਂਦੇ ਅੰਮ੍ਰਿਤ ਨੇ ਸਾਰੇ। ਖਾਣਾ ਪੀਣਾ ਪਵਿੱਤਰ ਹੈ, ਜਿਹੜਾ ਖਾਣਾ ਪੀਣਾ ਪਵਿੱਤਰ ਲਿਖਿਆ ਉਹ ਅੰਮ੍ਰਿਤ ਨੇ ਸਾਰੀ।
ਇਹ ਵੀ ਖਾਣ ਵਾਲੀ ਚੀਜ਼ ਪੀਣ ਵਾਲੀ ਚੀਜ਼ ਅੰਮ੍ਰਿਤ ਹੈ ਅਤੇ ਇਹ ਤਾਂ ਫਿਰ ਕੋਈ ਬੜੀ ਨਾ ਰਹਿ ਗਈ ਇਹਨਾਂ ਅੰਮ੍ਰਿਤਾਂ ਨੂੰ ਕਿਹਾ ਵਿਖਿਆ ਅੰਮ੍ਰਿਤ ਏਕ ਹੈ ਇਹ ਤਾਂ ਫਿਰ ਵਿਖਿਆ ਬਣ ਗਏ ਕਹਾਂ ਜਾ ਕੇ ਗੁਰਬਾਣੀ ਨੇ ਵਿਖਿਆ ਬਣਾ ਦਿੱਤਾ ਇਹਨੂੰ ਤਾਂ ਜੇ ਰਹਿੰਦੀ ਪਹਿਲ ਤਾਂ ਵਿਖਿਆ ਨਹੀਂ ਸੀ ਬਣ ਸਕਦੀ ਅੰਮ੍ਰਿਤ ਬਣਿਆ ਔਰ ਵਿਖਿਆ ਵੀ ਬਣ ਗਈ ਨਾਲੇ ਅੰਮ੍ਰਿਤ ਇਹਨੂੰ ਮੰਨਿਆ ਵਿਖਿਆ ਬਣ ਗਿਆ ਗੁਰਬਾਣੀ ਨੇ ਵਿਖਿਆ ਬਣਾ ਦਿੱਤਾ ਸਰੀਰ ਨੇ ਜੋ ਖਾ ਲਿਆ ਪੀ ਲਿਆ ਵਿਖਿਆ ਕਿਉਂਕਿ ਸਰੀਰ ਵੀ ਵਿਖਿਆ ਬਿਸ਼ਟਾ ਦਾ ਕੀੜਾ ਬਿਸ਼ਟਾ ਮਹਿਲ ਸਮਾਨੋ ਬਿਸ਼ਟਾ ਦੇ ਕੀੜੇ ਜਿਹੜੇ ਬਿਸ਼ਟਾ ਸਮਾਏ ਹੋਏ ਤੇ ਉਹਨਾਂ ਨੇ ਇਹਨੂੰ ਅੰਮ੍ਰਿਤ ਕਹਿ ਦਿੱਤਾ ਪੰਡਤ ਤੋਂ ਪ੍ਰਭਾਵਿਤ ਸੀਗੇ ਅੰਮ੍ਰਿਤ ਨੂੰ ਬਹੁਤ ਚੰਗੀ ਚੀਜ਼ ਮੰਨ ਲਿਆ ਸੀ ਉਹ ਅੰਮ੍ਰਿਤਾ ਨਾਮ ਸੀਗਾ ਉਹ ਕਿਹਨੇ ਪੀਣਾ ਸੀ ਉਹ ਪੀਣਾ ਸੀ ਮਨ ਆਤਮਾ ਨੇ ਛਕਣਾ ਸੀ ਅੰਮ੍ਰਿਤ ਛਕਾ ਦਿੱਤਾ ਸਰੀਰ ਨੂੰ ਕਿ ਮਾਇਆ ਤਾਂ ਡੰਗੇ ਨਾ ਆ ਕੇ ਆਤਮਾ ਦੀ ਖੁਰਾਕ ਸਰੀਰ ਨੂੰ ਦੇ ਕੇ ਕਹਿ ਤਾ ਜੀ ਹੋ ਗਿਆ ਜੀ ਹੋ ਗਿਆ ਕੰਮ ਹੋ ਗਿਆ ਖੁਰਾਕ ਆਤਮਾ ਦੀ ਸੀ ਮੰਨ ਲੈਂਦਾ ਨਾ ਵੀ ਸਾਰਿਆਂ ਚ ਇਹੀ ਆਤਮਾ ਉਹੀ ਜੋਤ ਹੈ ਅੰਤਰਾਤਮਾ ਦੀ ਆਵਾਜ਼ ਵੀ ਸਾਰਿਆਂ ਚ ਉਹੀ ਹੈ ਫਿਰ ਕੁਟਲਤਾ ਦੀ ਗਾਂਠ ਛੱਡ ਦਿੰਦਾ ਫਿਰ ਆਪਣੇ ਆਪ ਨੂੰ ਚੰਗਾ ਸੁਪੀਰੀਅਰ ਔਰ ਦੂਜਿਆਂ ਨੂੰ ਇਨਫੀਰੀਅਰ ਨਹੀਂ ਸਮਝਦਾ ਨਹੀਂ ਕੀ ਕਰਦਾ ਆਪਣ ਕੋ ਦੀਰਘ ਕਲ ਮੰਨਦਾ ਆਪਣੇ ਆਪ ਨੂੰ ਤਾਂ ਵੱਡਾ ਮੰਨਦਾ ਪੂਰਾ ਦੂਜਿਆਂ ਨੂੰ ਅਲੱਗ ਮਾਤਰਾ ਮੰਨਦਾ ਅਧੂਰੇ ਮੰਨਦਾ ਦੁਨੀਆਂ ਅਧੂਰੀਆਂ ਹੋਇਆ ਪੂਰਾ ਆਪ ਸੰਤ ਬਣ ਗਿਆ ਸਭ ਕੋ ਪੂਰਾ ਆਪੋ ਹੋਵੇ ਘੱਟ ਨਾ ਕੋ ਆਖਾ ਆਪਣੇ ਆਪ ਸਾਰੇ ਪੂਰੇ ਬਣ ਗਏ ਇਹ ਕੁਟਲਤਾ ਦੀ ਗਾਂਠ ਹੈ ਆਪਣੇ ਆਪੇ ਪੂਰਾ ਬਣ ਜਾਣਾ ਆਪਣੇ ਆਪ ਤੋਂ ਪੂਰਾ ਅੱਗੇ ਜਾ ਕੇ ਪਤਾ ਲੱਗੂ ਪੂਰੇ ਅਧੂਰੇ ਦਾ ਤਾਂ ਸੱਚਖੰਡ ਕਿਹੜਾ ਧੱਕੇ ਨਾਲ ਜਾ ਵੜੇਗਾ ਇਸ ਕਰਕੇ ਕੁਟਲਤਾ ਦੀ ਨੀਤੀ ਹੈ ਇਹਨਾਂ ਲੋਕਾਂ ਦੀ ਕੁਟਲ ਜਦ ਨਰ ਲੈ ਕੇ ਤੋਲਦਾ ਨਾ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਉਹਦਾ ਮਾਇਆ ਤੇ ਅੜਕ ਜਾਂਦਾ ਆ ਕੇ ਮਾਇਆ ਹੀ ਦਿੰਦੀ ਇਹਨੂੰ ਮਾਇਆ ਤੇ ਪਰੇ ਦੀ ਗੱਲ ਕਰਦੀ ਆ ਗੁਰਬਾਣੀ ਪਰ ਮਾਇਆ ਦੇ ਪਰੇ ਸਾਡੀ ਅਕਲ ਨਹੀਂ ਜਾ ਰਹੀ ਬੁੱਧ ਨਹੀਂ ਜਾ ਰਹੀ ਗੁਰਬਾਣੀ ਨੂੰ ਸਮਝਦੇ ਬੁੱਧੀ ਜਾਂ ਡਿਵੈਲਪ ਹੋ ਜੂ ਜ਼ਿਆਦਾ ਦੀ ਸਮਝ ਆਉਣੀ ਹੈ ਸਮਝਦੇ ਜਿੰਨਾ ਚਿਰ ਮੰਨਦਾ ਨਹੀਂ ਉਨਾ ਚਿਰ ਸਮਝ ਵੀ ਨਹੀਂ ਆਉਂਦੀ ਹੋਰ ਜਿੰਨੀ ਕੁ ਮੰਨ ਲੈਂਦੇ ਹਾਂ ਉਨੀ ਕੁ ਸਮਝ ਸਾਨੂੰ ਪੱਕੀ ਰਹਿੰਦੀ ਹੈ ਸਾਡੇ ਕੋਲ ਪੌੜੀ 'ਤੇ ਇੱਕ ਤਾਂ ਖੜ੍ਹੇ ਹਾਂ 20 ਪੌੜੀਆਂ ਸਾਨੂੰ ਦੀਦੀਆਂ ਨੇ ਉੱਤੇ ਦਿਖੀ ਜਾਣ ਦਾ ਕੀ ਫਰਕ ਹੈ ਜਦ ਇੱਕ ਪੌੜੀ 'ਤੇ ਚੜ੍ਹਾਂਗੇ ਤਾਂ ਉੱਤੇ ਗਾਂ ਉਨੀ ਰਹਿਣੀਆਂ ਨੇ ਇੱਕ ਇੱਕ ਚੜ੍ਹਦੇ ਜਾਵਾਂਗੇ ਇੱਕ ਇੱਕ ਗੱਲ ਮੰਨਦੇ ਜਾਵਾਂਗੇ ਗੁਰਬਾਣੀ ਦੀ ਤਾਂ ਸ਼ਿਖਰ ਪਹੁੰਚਾਂਗੇ ਜਾਂ ਜਿਹੜੀ ਗੱਲ ਮੰਨ ਲਈ ਉਹ ਪੌੜੀ ਚੜ੍ਹ ਗਏ ਜਿਹੜੀ ਗੱਲ ਮੰਨ ਲਈ ਪੌੜੀ ਚੜ੍ਹ ਗਏ ਜਿਹੜੀ ਗੱਲ ਮੰਨ ਲਈ ਪੌੜੀ ਚੜ੍ਹ ਗਏ ਮੰਨੀ ਤਾਂ ਇੱਕ ਵਾਰੀ ਮੰਨੀ ਇੱਕ ਵਾਰੀ ਪ੍ਰੈਕਟੀਕਲੀ ਪੜ੍ਹ ਸਾਰੀ ਲਈ ਸੁਣ ਸਾਰੀ ਲਈ ਸਮਝ ਸਾਰੀ ਲਈ ਉਹ ਮਾਇਆ 'ਤੇ ਅਟਕਿਆ ਰਹੂ ਮੰਨਦਾ ਕਿਉਂ ਨਹੀਂ ਮਾਇਆ ਨਹੀਂ ਨਾ ਮੰਨਣ ਦਿੰਦੀ ਮਾਇਆ ਛੱਡਣੀ ਪੈਂਦੀ ਹੈ ਮਾਇਆ ਨਹੀਂ ਮੰਨਣੀ ਮੰਨਣ ਦਿੰਦੀ ਸਾਨੂੰ ਗੁਰਬਾਣੀ ਨੂੰ ਮੰਨਣ ਦੇ ਵਿੱਚ ਮਾਇਆ ਹੀ ਅੜਕ ਹੈ ਮਾਇਆ ਦੀਆਂ ਇੱਛਾਵਾਂ ਹੀ ਅੜਕ ਹੈ ਲੋਭ ਤਿਆਗਣ ਨੂੰ ਕਹਿੰਦੀ ਹੈ ਗੁਰਬਾਣੀ ਲੋਭ ਅਸੀਂ ਤਿਆਗਦੇ ਨਹੀਂ ਇਹੀ ਅੜਕ ਹੈ ਮਾਇਆ ਅੜਕਾ ਹੈ ਇਹਦੇ ਮੰਨਣ 'ਚ ਸਰੀਰ ਅੜਕਾ ਹੈ ਸਰੀਰ ਦੀਆਂ ਲੋੜਾਂ ਅੜਕਾ ਨੇ ਜਾਂ ਫਿਰ ਸਾਡੀ ਹੋਮੇ ਅੜਕਾ ਬੜਾ ਬਣਨ ਦੀ ਇੱਛਾ ਇਹ ਦੋਵੇਂ ਸਾਡੇ 'ਚ ਔਗਣ ਨੇ ਇਹ ਔਗਣ ਮੰਨਣ ਨਹੀਂ ਦਿੰਦੇ ਇਸੇ ਕਰਕੇ ਕੋਈ ਸੁਰਤ ਮਾਇਆ 'ਚ ਰਹਿੰਦੀ ਹੈ ਮਾਇਆ 'ਤੇ ਆ ਕੇ ਅੜਕ ਜਾਂਦੀ ਹੈ ਬੁੱਧੀ ਜਾਂ ਧਨ ਦੀ ਗੱਲ ਹੁੰਦੀ ਹੈ ਤਾਂ ਮਾਇਆ ਦਾ ਧਨ ਉਹਨਾਂ ਨੇ ਦੇਖੋ ਨਾ ਲਕਸ਼ਮੀ ਬਣਾਈ ਹੈ ਲੱਖਵੀ ਲੱਭਦਾ ਲੱਖਵੀ ਲੱਖਣ ਦਾ ਮਤਲਬ ਦੇਖਣਾ ਹੁੰਦਾ ਮਤਲਬ ਕਿ ਦੇਖਣਾ ਵੀ ਨਹੀਂ ਹੁੰਦਾ ਦੇਖਣਾ ਹੁੰਦਾ ਲੱਖਣ ਲਾਉਣਾ ਇੱਦਾਂ ਦਾ ਲਾਉਣਾ ਵੀ
ਆਤਮ ਦਰਸ਼ਨ ਨੂੰ ਲਖਮੀ ਕਹਿੰਦੇ ਨੇ, ਉਹਨਾਂ ਨੇ ਬਣਾ ਤਾ ਉਹਦੇ ਹੱਥਾਂ ਚੋਂ ਮੋਤੀ ਨਿਕਲਦੇ ਨੇ। ਗੁਰਮਤ ਲਖਮੀ ਹੈ, ਗੁਰਮਤ ਨੇ ਦਰਸ਼ਨ ਕਰਾਉਣਾ ਨੇ ਆਤਮ ਦਰਸ਼ਨ। ਵੀਹ ਦਾ ਮਤਲਬ ਮੈਨੂੰ ਆਪਣਾ ਆਪਣਾ ਆਤਮ ਦਰਸ਼ਨ, ਲਖਮੀ ਦਾ ਮਤਲਬ ਹੈ ਆਤਮ ਦਰਸ਼ਨ। ਇਹਦਾ ਕਿਵੇਂ ਇਹਨਾਂ ਨੇ ਮਾਇਆ ਬਣਾਤੀ ਇਹਨਾਂ ਲਫਜ਼ਾਂ ਦੀ, ਇੱਕ ਦੇਵੀ ਬਣਾਤੀ ਉਹਦੇ ਹੱਥਾਂ ਚੋਂ ਹੀਰੇ ਮੋਤੀ ਝੜਦੇ ਨੇ, ਮਾਇਆ ਬਣਾ ਕੇ ਰੱਖਤੀ, ਹਰ ਚੀਜ਼ ਦੀ ਮਾਇਆ ਬਣਾਤੀ, ਹਰ ਚੀਜ਼ ਦੀ ਮਾਇਆ ਬਣਾਤੀ। ਮਾਇਆ ਦੀ ਦੇਵੀ ਆ ਜੀ ਉਹ ਸੰਸਾਰੀ ਮਾਇਆ ਦੀ, ਸੰਸਾਰੀ ਮਾਇਆ ਦਾ ਗੁਰਮਤਿ ਛਡਾਉਂਦੀ ਹੈ। ਸੰਸਾਰੀ ਮਾਇਆ ਸੱਚਖੰਡ ਕਿਸ ਕੰਮ ਦੀ? ਅਸਲ 'ਚ ਇਹ ਲੋਕ ਜਿਹੜੇ ਸੁਰਗ ਨਰਕ ਵਾਲੇ ਨੇ, ਇਹ ਸੱਚਖੰਡ ਦਾ ਵਰਕਾ ਪਾੜਿਆ ਹੋਇਆ ਇਹਨਾਂ ਨੇ, ਸੱਚਖੰਡ ਵਾਲੀ ਕਥਾ ਦਾ ਤਾਂ ਵਰਕਾ ਹੀ ਪਾੜਿਆ ਹੋਇਆ ਸਿਮਰਤ ਸ਼ਾਸਤਰ ਦੇ ਵਿੱਚ, ਜਿਗਰੇ ਨਹੀਂ ਸੱਚਖੰਡ ਦਾ, ਤੱਤ ਗਿਆਨ ਦਾ ਜਿਗਰੇ ਨਹੀਂ ਉੱਥੇ। ਤੱਤ ਗਿਆਨ ਤੋਂ ਸੱਖਣੀ ਵਿਚਾਰਧਾਰਾ ਬਣਾਤੀ। ਆ ਜਿਹੜਾ ਇਤਿਹਾਸ ਹੈ ਜਿੰਨਾ ਸੱਚ, ਉਹਦੇ 'ਚ ਤੱਤ ਗਿਆਨ ਦੀ ਕਿਹੜੀ ਗੱਲ ਹੈ? ਇਤਿਹਾਸ ਤੱਤ ਗਿਆਨ ਦਾ ਮਤਲਬ ਹੀ ਨਹੀਂ ਹੁੰਦਾ, ਘਟਨਾਵਾਂ ਹੁੰਦੀਆਂ ਨੇ ਜ਼ਿੰਦਗੀ ਦੀਆਂ। ਸਾਡਾ ਵਿਸ਼ਾ ਤੱਤ ਗਿਆਨ ਦਾ ਹੈ, ਤੱਤ ਵਸਤੂ ਦਾ ਹੈ, ਬਣਾ ਤਾਂ ਅਸੀਂ ਕੁਛ ਹੋਰ ਹੈ। ਭਾਈ ਗੁਰਦਾਸ ਦੀਆਂ ਬਾਰਾਂ 'ਚ ਇੱਕ ਵੀ ਤੱਤ ਗਿਆਨ ਦੀ ਗੱਲ ਨਹੀਂ, ਇੱਕ ਵੀ ਦੱਸਣ ਕਿਹੜੀ ਗੱਲ ਹੈ ਤੱਤ ਗਿਆਨ ਦੀ? ਉਲਟੀਆਂ ਗੱਲਾਂ ਨੇ ਸਭ, ਇਤਿਹਾਸ ਹੈ। ਜਿੱਥੇ ਇਤਿਹਾਸ ਅੱਗੇ ਵੱਧ ਗਿਆ ਉੱਥੇ ਤੱਤ ਗਿਆਨ ਕਿੱਥੇ ਰਹਿ ਗਿਆ? ਇਤਿਹਾਸ ਲੈ ਕੇ ਵੱਧਦਾ ਉਹ ਤਾਂ ਉਸ ਵੇਲੇ, ਉਹ ਤਾਂ ਭਾਈ ਗੁਰਦਾਸ ਦੀਆਂ ਬਾਰਾਂ ਹੀ ਨਹੀਂ ਅਸਲ ਦੇ ਵਿੱਚ, ਭਾਈ ਗੁਰਦਾਸ ਦਾ ਨੌ ਵਰਤਿਆ ਉਹਨਾਂ ਦੇ, ਨਹੀਂ ਕਹਿੰਦੇ ਵੀ ਉਹ ਬਾਰਾਂ ਦੀ ਉੱਥੇ ਨਾਂ ਹੈਗਾ ਕਿਸੇ ਦਾ, ਕਿਸੇ ਬਾਰ 'ਚ ਕਿਸੇ ਦਾ ਨਾਂ ਹੀ ਨਹੀਂ। ਦਸ ਮਹਾਰਾਥ ਨੂੰ ਕਹਿੰਦਾ ਜਿਹਦੇ ਵਿੱਚ ਸਬੂਤ ਦਾ ਨਾਂ ਹੈਗਾ, ਜਿੱਥੇ ਕਿਸੇ ਦਾ ਨਾਂ ਹੀ ਨਹੀਂ ਉਹਨੂੰ ਨਹੀਂ ਕਹਿੰਦੇ, ਕਿਉਂ? ਉਹ ਜਿਹੜੇ ਦਸ ਮਹਾਰਾਥ ਦੇ ਖਿਲਾਫ ਵਾਲੇ ਨੇ ਇਹਨਾਂ ਦੇ ਬਜ਼ੁਰਗਾਂ ਨੇ ਬਣਾਈਆਂ ਨੇ ਬਾਰਾਂ, ਤਾਂ ਨਹੀਂ ਕਹਿੰਦੇ ਉਹਨਾਂ ਨੂੰ। ਜੇ ਤੁਹਾਨੂੰ ਬਾਰਾਂ ਦੀ ਸਮਝ ਨਹੀਂ ਆਇਆ ਵੀ ਗੁਰਮਤ ਦੇ ਖਿਲਾਫ ਨੇ, ਇਹ ਤਾਂ ਤੁਸੀਂ ਜਮੀ ਪਾਗਲ ਨੂੰ ਸਦਾਈ ਹੋ, ਤੁਹਾਨੂੰ ਗੁਰਮਤਿ ਦੀ ਸਮਝ ਆਈ ਦੀ, ਜਾਂ ਫਿਰ ਤੁਸੀਂ ਜਾਣ ਬੁੱਝ ਕੇ ਕਰਦੇ ਹੋ, ਤੁਸੀਂ ਉਹੀ ਉਹ ਧੀਰ ਮੱਲੀ ਆਰਾਮ ਰਹੀ ਹੈ ਜਿਹੜੇ ਪਿੱਛੇ ਤੋਂ ਆ ਰਹੇ ਹੋ। ਹੁਣ ਦੋਹਾਂ 'ਚੋਂ ਕੀ ਹੋ ਤੁਸੀਂ ਫੈਸਲਾ ਕਰੋ। ਗੁਰਦਾਸ ਦੀਆਂ ਵਾਰਾਂ ਲਿਖਾਈਆਂ ਗਈਆਂ ਨੇ ਉਲਟੇਰਾ ਪਾਉਣ ਵਾਸਤੇ, ਵਾਹਿਗੁਰੂ ਵਾਹਿਗੁਰੂ ਦਾ ਜਾਪ ਵੀ ਉਸੇ ਜ਼ਮਾਨੇ ਚੱਲਿਆ ਹੋਇਆ, ਬਾਬੂ ਤੇਜਾ ਸਿੰਘ ਦੇ ਖਿਲਾਫ਼ ਹੁਕਮਨਾਮਾ ਜਾਰੀ ਹੋਇਆ ਹੋਇਆ, ਸਟੈਂਡ ਕਰਦਾ ਹੁਣ ਥਾਈ ਵੀ, ਰਣਧੀਰ ਸਿੰਘ ਦਾ ਚੇਲਾ, ਵਾਹਿਗੁਰੂ ਵਾਹਿਗੁਰੂ ਛੱਡਿਆ ਨਹੀਂ ਇਹਨਾਂ ਨੇ, ਰਹਿਤ ਦੇ ਨਾਲ ਮਰਿਆ ਦਾ ਜੋੜੀ ਇਹਨਾਂ ਨੇ, ਇਹ ਸਭ ਕੁਝ ਤਾਂ ਹੁਣ ਰਿਕਾਰਡ ਹੈ। ਇਹ ਤਾਂ ਕਾਨ ਦੇ ਨਾਭੇ ਵਾਲੇ ਮਹਾਨ ਕੋਸ਼ 'ਚ ਵੀ ਇਹਦਾ ਥੋੜ੍ਹਾ ਜਿਹਾ ਬਿਓਰਾ ਆਉਂਦਾ, ਇਹ ਸਭ ਕੁਛ ਪਤਾ ਹੈ। ਇਹ ਕਿਉਂ ਨਹੀਂ ਪ੍ਰਚਾਰ ਕਰਦੇ ਅਕਾਲੀ? ਅਕਾਲੀ ਖੁਦ ਛੱਡੀ ਫਿਰਦੇ ਨੇ ਨਾ, ਇਹਨਾਂ ਨੂੰ ਬੰਦਾ ਬਹਾਦਰ ਕਿਉਂ ਚੰਗਾ ਲੱਗਿਆ? ਇਹ ਉਹ ਜਿਹਾ ਹੀ ਨਾ ਜਾਇਜਾ ਬੰਦਾ ਬਹਾਦਰ ਹੈ ਜਿਹੜੇ ਰਾਜ ਕਰੇਗਾ ਖਾਲਸਾ ਤੇ ਸਾਰੀ ਹੀ ਉਹ ਕਾਮਯਾਬੀ ਸੀ, ਜਿੰਨੀ ਕਾਮਯਾਬੀ ਸੀ ਧੀਰ ਮੱਲੀਆਂ ਦੀ ਰਾਮ ਰਈਆਂ ਦੀ, ਇਹ ਰਾਜ ਕਰੇਗਾ ਖਾਲਸਾ ਵਾਲੇ ਉਹ ਮਿਸਲਾਂ ਵਾਲੇ ਸੀ ਸਾਰੀ, ਜਿਹੜੇ ਦੂਏ ਤੇ ਗੁਰੂ ਵਾਲੇ ਅਕਾਲੀ ਫੂਲਾ ਸੀ ਉਹ ਨਹੀਂ, ਉਹ ਅੱਡ ਬੈਠੇ ਨੇ, ਰਾਜ ਨਹੀਂ ਕਰਦੇ, ਵੱਖਰੇ ਬੈਠੇ ਨੇ। ਇਹ ਕਾਹਦੇ ਪ੍ਰਚਾਰ ਕਰਨਗੇ ਅਕਾਲੀ ਫੂਲਾ ਸਿੰਘ ਦਾ? ਕਿਉਂ ਕਰਨਗੇ? ਗੁਰਬਾਣੀ ਦਾ ਤਾਂ ਝੰਡਾ ਵਰਦਾਰ ਅਕਾਲੀ ਫੂਲਾ ਸਿੰਘ ਗੁਰਮਤ ਦਾ, ਇਹ ਨਹੀਂ ਹੈਗੇ, ਪਹਿਲਾਂ ਤਾਂ ਨਹੀਂ ਹੈ। ਮੂਰਤੀਆਂ ਬਾੜੀਆਂ ਰਜੀਸਰ ਨੇ, ਚਕਾਈਆਂ ਅੰਗਰੇਜ਼ਾਂ ਨੇ, ਦੇਖੋ ਅੰਗਰੇਜ਼ਾਂ ਨੇ ਚਕਾਈਆਂ ਨੇ ਜਿਹਨਾਂ ਦਾ ਧਰਮ ਹੀ ਨਹੀਂ ਹੈ, ਜਿਹਦਾ ਧਰਮ ਉਹਨੇ ਵਾੜ ਲਿਆ, ਕਿਹੜੀ ਗੱਲ ਦਾ ਨਹੀਂ ਪਤਾ? ਹੁਣ ਪਬਲਿਕ ਨੂੰ ਜੇ ਨਹੀਂ ਪਤਾ ਹੋਣ ਲੱਗ ਜੂ। ਹੁਣ ਜੀ ਰਣਜੀਤ ਸਿੰਘ ਦੀ ਬਦਨਾਮੀ ਕਿਉਂ ਹੁੰਦੀ ਹੈ? ਪਹਿਲਾਂ ਕਿਉਂ ਨਹੀਂ ਸੀ ਹੁੰਦੀ? ਪਹਿਲਾਂ ਦੀਆਂ ਲਿਖਤਾਂ ਲਿਖਣ ਵਾਲੇ ਸਾਰੇ ਗੁਰਮਤਿ ਵਿਰੋਧੀ ਨੇ, ਲਿਖਣ ਵਾਲੇ ਜਿਹੜੀਆਂ ਲਿਖਤਾਂ ਪੜ੍ਹਦੇ ਨੇ ਨਾ, ਸਾਰੇ ਗੁਰਮਤਿ ਵਿਰੋਧੀ ਨੇ। ਗੁਰੂ ਘਰ ਦੇ ਵਿੱਚ ਤਾਂ ਕੋਈ ਇਤਿਹਾਸ ਲਿਖਦਾ ਹੀ ਨਹੀਂ ਹੁੰਦਾ ਸੀ, ਬ੍ਰਹਮਗਿਆਨੀ ਇਤਿਹਾਸ ਨਹੀਂ ਲਿਖਦੇ ਹੁੰਦੇ, ਇਤਿਹਾਸ ਦਾ ਵਿਸ਼ਵਾਸ ਨਹੀਂ ਉਹਨਾਂ ਦਾ, ਇਤਿਹਾਸ ਮਾਇਆ 'ਤੇ ਅਟਕਾਉਣ ਵਾਲਾ ਹੁੰਦਾ। ਜਿਹੜੇ ਇਤਿਹਾਸਕਾਰ ਨੇ ਵਾਰ ਵਾਰ ਮਾਇਆ 'ਤੇ ਅਟਕਦੇ ਰਹਿਣਗੇ।
ਸਾਡਾ ਮਾਇਆ ਨਾਲ ਕੋਈ ਰਿਸ਼ਤਾ ਨਹੀਂ, ਮਾਇਆ ਅਸੀਂ ਛੱਡਣੀ ਹੈ ਇਤਿਹਾਸ ਨਾਲ ਵੀ ਸਾਡਾ ਕੋਈ ਰਿਸ਼ਤਾ ਨਹੀਂ, ਜਿਹਦਾ ਮਾਇਆ ਨਾਲ ਰਿਸ਼ਤਾ ਨਹੀਂ ਉਹਦਾ ਇਤਿਹਾਸ ਨਾਲ ਰਿਸ਼ਤਾ ਨਹੀਂ, ਜਿਹਦਾ ਸੰਸਾਰੀ ਮਾਂ ਪਿਓ ਨਾਲ ਕੋਈ ਰਿਸ਼ਤਾ ਨਹੀਂ ਇਤਿਹਾਸ ਨਾਲ ਕੋਈ ਰਿਸ਼ਤਾ ਨਹੀਂ, ਜਿਹਦਾ ਨਿਰਾਕਾਰੀ ਦੁਨੀਆਂ ਦੇ ਵਿੱਚ ਜਿਹਨੇ ਵਿਚਰਨਾ, ਜਿਹਨੇ ਗੱਲਬਾਤ ਦੇ ਵਿੱਚ ਨਿਰਾਕਾਰੀ ਦੁਨੀਆਂ ਦੇ ਵਿੱਚ ਵਿਚਰਨਾ, ਉਹਨੇ ਸੰਸਾਰ ਰਿਸ਼ਤੇ ਭੁੱਲ ਕੇ ਹੀ ਵਿਚਰ ਹੁੰਦਾ ਹੈ, ਸੰਸਾਰੀ ਰਿਸ਼ਤਿਆਂ ਨੂੰ ਸੰਸਾਰ ਨੂੰ ਭੁੱਲ ਕੇ ਹੀ ਵਿਚਰ ਹੁੰਦਾ, ਉਹ ਮਾਸੋ ਸਭੇ ਸਾਖਤਾ ਬਣਦਾ, ਅੱਡ ਮਾਸ ਦੇ ਰਿਸ਼ਤੇ ਨੇ, ਖੂਨ ਦੇ ਰਿਸ਼ਤਿਆਂ ਨੂੰ ਤਾਂ ਬਣਦਾ, ਉਹ ਆਤਮਾ ਦਾ ਕੋਈ ਰਿਸ਼ਤਾ ਨਹੀਂ ਹੈ, ਆਤਮਾ ਦਾ ਰਿਸ਼ਤਾ ਗੁਰਮੁਖਾਂ ਦਾ ਗੁਰਮੁਖਾਂ ਨਾਲ, ਮਨਮੁਖਾਂ ਦਾ ਮਨਮੁਖਾਂ ਨਾਲ, ਕੂੜਿਆਰ ਜਾਏ ਬਹਿ ਕੂੜਿਆਰਾ ਪਾਸ, ਕੂੜਿਆਰ ਜੇ ਸੰਗਤ ਦੇ ਵਿੱਚ ਆਪ ਹੀ ਬਹਿੰਦੇ ਸੀ ਗੁਰੂ ਘਰ 'ਚ ਕਦੇ, ਤਾਂ ਉਹ ਸੁਣ ਕੇ ਉਹ ਇਹ ਦੇਖਦੇ ਤੇ ਵੀ ਇਹਨਾਂ 'ਤੇ ਅਸੀਂ ਟਿੱਪਣੀ ਕੀ ਕਰਨੀ ਹੈ, ਅਸਲ ਲੈਣੀ ਸੀ ਆਉਂਦੇ, ਉਹ ਨੁਕਸ ਕੱਢਣ ਆਉਂਦੇ ਸੀ, ਮੈਂ ਜਾਂਦੀ ਸਾਰੇ ਕੂੜਿਆਰਾਂ ਕੋਲ ਜਾ ਕੇ ਉੱਥੇ ਵੀ ਦੱਸਦੇ ਤੇ ਵੀ ਇਹਨਾਂ ਦੇ ਖਿਲਾਫ਼ ਆਪਾਂ ਕੀ ਕਹਿਣਾ, ਉਹਦਾ ਨੀਅਤ ਬਦ ਨੀਅਤ ਨਾਲ ਆਉਂਦੇ ਸੀ, ਇਹ ਲੋਕ ਵੀ ਬਦ ਨੀਅਤ ਨਾਲ ਗੁਰੂ ਦਸਮ ਗ੍ਰੰਥ ਨੂੰ ਪੜ੍ਹਦੇ ਨੇ, ਜਿਹੜੇ ਨੀਅਤ ਬਦ ਨਾਲੇ ਪੜ੍ਹਦੇ ਨੇ, ਜਿਹੜਾ ਟੀਕਾ ਕੀਤਾ ਤਾਰਾ ਸਮਰੋਤ ਨੇ ਬਦ ਨੀਅਤ ਨਾਲ ਕੀਤਾ ਹੋਇਆ ਟੀਕਾ ਸਾਬਤ ਹੁੰਦਾ, ਜੇ ਪਹਿਲਾਂ ਕਿਸੇ ਨੂੰ ਪਤਾ ਨਹੀਂ ਤਾਂ ਅਸੀਂ ਸਾਬਤ ਕਰ ਦਿੰਦੇ ਵੀ ਬਦ ਨੀਅਤ ਨਾਲ ਕੀਤਾ ਹੋਇਆ ਟੀਕਾ, ਜਦ ਉਹਦੀ ਨੀਅਤ ਹੀ ਬਦ ਨੀਅਤ ਸੀ ਉਹ ਤੇ ਕਰਾਇਆ ਕਿਉਂ ਟੀਕਾ, ਰੌਲਾ ਜ਼ਰੂਰ ਪਾਇਆ ਕੁਛ ਲੋਕਾਂ ਨੇ ਪਰ ਇਹ ਸਾਬਤ ਨਹੀਂ ਕੀਤਾ ਵੀ ਬਦ ਨੀਅਤ ਹੈ ਇਹਦੀ, ਜਿਹੜੇ ਸਾਬਤ ਨਹੀਂ ਕਰ ਸਕੇ ਬਦ ਨੀਅਤ ਉਹਨਾਂ ਦਾ ਹੁਣ ਪ੍ਰਚਾਰ ਕਰਦੇ ਜੀ ਦਿੱਤ ਸਿੰਘ ਦਾ, ਦਿੱਤ ਸਿੰਘ ਨੂੰ ਕੀ ਪਤਾ ਗੁਰਮਤਿ ਕੀ ਹੁੰਦੀ ਹੈ, ਦਿੱਤ ਸਿੰਘ ਟੀਕਾ ਆਪ ਲਿਖਦਾ ਫਿਰ ਅਸੀਂ ਮੰਨ ਲੈਂਦੇ ਵੀ ਦਿੱਤ ਸਿੰਘ, ਜਿਹੜੇ ਰੌਲਾ ਪਾਉਣ ਵਾਲੇ ਨੇ ਉਹ ਵੀ ਕੀ ਨੇ, ਵੀ ਦਿੱਤ ਸਿੰਘ ਦੇ ਨਾਂ 'ਤੇ ਕੁਛ ਬਣ ਜੂ ਅਸੀਂ ਉੱਥੇ, ਸਰਕਾਰ ਕੁਛ ਉਹ ਬਣਾ ਦੂੰਗੀ ਅਸੀਂ ਉੱਥੇ ਦੇ ਅਧਿਕਾਰੀ ਬਣ ਜਾਵਾਂਗੇ, ਸਭ ਥੱਲੇ ਦੀਆਂ ਗੱਲਾਂ ਨੇ ਇਹ, ਨਵੀਆਂ ਨਵੀਆਂ ਸੰਸਥਾਵਾਂ ਬਣਾਈ ਜਾਣੀ ਉਹਦੀ ਚੇਅਰ ਲੱਗ ਜਾਏ ਉੱਥੇ ਅਸੀਂ ਬਹਿ ਜਾਵਾਂਗੇ, ਇਹ ਉਹਨਾਂ ਦਾ ਦ੍ਰਿਸ਼ਟੀਕੋਣ ਭੈੜਾ, ਪੰਡਤ ਵਾਲਾ ਦ੍ਰਿਸ਼ਟੀਕੋਣ, ਜਾਤ ਪਾਤ ਵਾਲਾ ਦ੍ਰਿਸ਼ਟੀਕੋਣ, ਉਹਨਾਂ ਦੀ ਆਪ ਗੁਰੂ ਘਰ ਨੇ ਜਾਤ ਪਾਤ ਛਡਾਈ ਹੈ, ਤੁਹਾਡੇ 'ਚ ਉਹੀ ਫਸ ਗਈ, ਉਹ ਜੀ ਆ ਮਤਲਬ ਹੈ ਬੈਕਵਰਡ ਕਲਾਸਿਸ ਦੇ ਵਿੱਚੋਂ ਸੀ, ਬੈਕਵਰਡ ਕਲਾਸਿਸ ਵਾਲੇ ਉਹਦੀ ਫੇਵਰ ਕਰਨ, ਤੁਸੀਂ ਤਾਂ ਜਾਤ ਪਾਤ ਨੂੰ ਸਮਾਂ ਬੜਾਵਾ ਦਿੰਦੇ ਹੋ, ਆਪ ਸਿੱਖੀ ਦੀ ਕਿਹੜੀ ਗੱਲ ਹੈਗੀ ਤੁਹਾਡੇ 'ਚ ਬਈ, ਸਿੱਖੀ ਦਾ ਇਸ ਗੱਲ ਨਾਲ ਕੀ ਸੰਬੰਧ ਹੈ, ਸਿੱਖੀ ਕੁਛ ਹੋਰ ਚੀਜ਼ ਹੈ, ਕਬੀਰ ਨਾਲ ਕੋਈ ਵਿਤਕਰਾ ਰੱਖਿਆ ਹੋਇਆ, ਰਵਿਦਾਸ ਨਾਲ ਕੋਈ ਵਿਤਕਰਾ ਰੱਖਿਆ ਹੋਇਆ, ਪਰ ਹੋਵੇ ਤਾਂ ਸਹੀ ਪੱਲੇ ਕੋਲ, ਦਿੱਤ ਸਿੰਘ ਦੇ ਪੱਲੇ ਕੀ ਹੈ ਉਹ ਤਾਂ ਦਿਖਾਓ, ਇਹ ਤੁਹਾਡੇ ਪੱਲੇ ਕੀ ਹੈ ਤੁਸੀਂ ਉਹ ਦਿਖਾ ਦਿਓ, ਇਹ ਲੋਕ ਕੌਣ ਨੇ, ਸਾਰੇ ਸਿਆਸੀ ਲੋਕ ਨੇ, ਇਹ ਸਭ ਸਿਆਸੀ ਨੇ, ਉਹ ਕਿੱਥੇ ਖੜੇ ਨੇ ਮਾਇਆ 'ਤੇ, ਬਾਰ ਬਾਰ ਮਾਇਆ 'ਤੇ ਅਟਕਾ ਹੈ, ਉਹਨਾਂ ਨੂੰ ਉਹਦਾ ਸਰੀਰ ਦੀਂਦਾ ਕਿਹਦੇ ਘਰ ਪੈਦਾ ਹੋਇਆ ਸੀ, ਆਤਮਾ ਨਾਲ ਕੋਈ ਰਿਸ਼ਤਾ ਨਹੀਂ ਉਹਨਾਂ ਦਾ, ਆਤਮ ਗਿਆਨੀ ਥਾ ਜਾਂ ਨਹੀਂ ਥਾ ਇਹਦੇ ਨਾਲ ਕੋਈ ਰਿਸ਼ਤਾ ਨਹੀਂ, ਸਰੀਰ ਕਰਕੇ ਜੁੜੇ ਹੋਏ ਨੇ ਵੀ ਫਲਾਨੇ ਘਰ ਪੈਦਾ ਹੋਇਆ, ਉਹ ਤਾਂ ਆਪ ਫਿਰ ਗੁਰਮਤ ਤੋਂ ਗਿਰੇ ਹੋਏ ਨੇ ਥੱਲੇ, ਜੇ ਸਾਡੀ ਸੋਚ ਇਹੀ ਹੋਊਗੀ ਕੌਣ ਕਿਹਦੇ ਘਰ ਪੈਦਾ ਹੋਇਆ, ਤੇ ਪੰਡਤ ਸਾਡੇ 'ਚ ਕੀ ਫਰਕ ਹੈ, ਫਿਰ ਅਸੀਂ ਕਿਹੜੇ ਪਾਸੋਂ ਸਿੱਖ ਕਹਾਉਂਦੇ ਹਾਂ, ਇਹ ਤਾਂ ਗੋਲਕ ਜਸੇਹ ਲਾਉਣ ਦੀ ਗੱਲ ਹੈ ਵੀ ਉਹਦੇ ਨਾਂ 'ਤੇ ਵੀ 1-2 ਕਰੋੜ ਰੁਪਈਆ ਖਰਚ ਕਰ ਦੇਣ, ਗੋਲਕ ਨੂੰ ਅਸਹਿ ਲਾਉਣ ਦੀ ਗੱਲ ਹੈ, ਹੋਰ ਕੀ ਇਹਦੇ 'ਚ, ਗੋਲਕ 'ਚ ਹਿੱਸਾ ਲੈਣ ਦੀ ਗੱਲ ਤਾਂ ਹੋ ਸਕਦੀ ਹੈ, ਹੋਰ ਕੁਛ ਨਹੀਂ ਹੈ, ਬਣੂ ਇਹਦੇ ਨਾਲ ਕੀ, ਹਾਂਜੀ, ਜੈ ਉਹ ਜਾਏ ਤਹੀਂ ਸੁੱਖ ਪਾਵੇ ਮਾਇਆ ਤਾਸ ਨਾ ਝੋਲੇ ਦੇਵ, ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕਿਉਂ ਲੈ ਦੇਵ, ਕਿਉਂ ਲੈ ਦੇਵ, ਕਿਉਂ ਲੈ ਦੇਵ, ਕਿਉਂ ਲੈ ਦੇਵ, ਹਾਂਜੀ, ਜੈ ਉਹ ਜਾਏ ਤਹੀਂ ਸੁੱਖ ਪਾਵੇ, ਜੈ ਉਹ ਜਾਏ ਤਹੀਂ ਸੁੱਖ ਪਾਵੇ ਮਾਇਆ ਤਾਸ ਨਾ ਝੋਲੇ ਦੇਵ, ਜਿਹੜਾ ਆਦਮੀ ਮਾਇਆ ਤੋਂ ਉੱਪਰ ਉੱਠ ਜਾਂਦਾ, ਜਦੋਂ ਸੁਰਤ ਮਾਇਆ ਤੋਂ ਉੱਪਰ ਉੱਠ ਜਾਂਦੀ ਹੈ ਫਿਰ ਜਿੱਥੇ ਵੀ ਉਹ ਜਾਂਦੀ ਹੈ ਸੁੱਖ ਹੀ ਸੁੱਖ ਹੈ, ਮਾਇਆ ਤੋਂ ਪਰੇ ਦਾ ਸੱਚਖੰਡ ਹੈ, ਫਿਰ
ਮਾਇਆ ਤਾਸ ਨਾ ਝੋਲੇ ਦੇਵ, ਮਾਇਆ ਨਹੀਂ ਉਹਦੇ ਵਿੱਚ ਝੋਲਾ ਉੱਠਦਾ, ਉਹਦੇ ਦੋ ਬਲਾਰ ਉੱਠਦੀ ਹੋਈ ਨਹੀਂ। ਫਿਰ ਜਦੋਂ ਸੁਰਤ ਮਾਇਆ ਤੋਂ ਉੱਪਰ ਉੱਠ ਜਾਂਦੀ ਹੈ ਨਾ, ਉਹ ਅਵਸਥਾ ਜਿਹੜੀ ਭਗਤਾਂ ਦੀ ਅਵਸਥਾ ਹੈ, ਇਹ ਮਾਇਆ ਦੇ ਝੋਲੇ ਦਿੱਤੇ ਸਾਡਾ ਸੀ, ਇਹ ਫਲਾਣਿਆਂ ਦਾ ਸੀ, ਇਹ ਜੱਟ ਆ, ਇਹ ਚਮਾਰ ਆ, ਇਹ ਫਲਾਣਾ, ਇਹ ਸਭ ਗੱਲਾਂ ਉਦੋਂ ਤੱਕ ਨੇ ਜਿੰਨਾ ਚਿਰ ਮਾਇਆ ਜਟਕੇ ਹੋਏ ਨੇ, ਇਹ ਸਭ ਮਾਇਆ ਜਟਕੇ ਹੋਏ ਦੀਆਂ ਗੱਲਾਂ ਨੇ। ਇਦੋਂ ਉੱਤੇ ਉੱਠ ਗਏ ਸਾਰੇ ਇੱਕ ਨੇ, ਜਿਹੜੇ ਭਗਤਾਂ 'ਚ ਫਰਕ ਮੰਡੀ ਬੈਠੇ ਨੇ ਵੀ ਰਵਿਦਾਸ ਤਾਂ ਗੁਰੂ ਨਹੀਂ ਭਗਤ, ਇਹ ਅਨੰਦ ਗੁਰੂ ਹੈ, ਉਹ ਵੀ ਮਾਇਆ ਦੇ ਝੋਲੇ ਨੇ, ਉਹ ਵੀ ਮਾਇਆ ਦੇ ਅਟਕੇ ਹੋਏ ਨੇ। ਰਵਿਦਾਸ ਵਾਲੇ ਵੀ ਮਾਇਆ ਦੇ ਅਟਕੇ ਹੋਏ ਨੇ, ਉਹ ਦੋਵੇਂ ਮਾਇਆ ਮਾਇਆ ਦੀ ਝਗੜਾ ਝਗੜਾ ਉਹਦਾ ਜਿਹੜਾ ਮਾਇਆ 'ਤੇ ਅਟਕਿਆ ਹੋਇਆ, ਕਿਉਂ ਧਨ ਔਰ ਭੂਮ ਪੁਰਾਤਨ ਬਹਿਰਾ ਫੈਸਲਾ ਕਰਤਾ ਦਸ ਮਿੰਟ ਝਗੜਾ ਕਹਿੰਦਾ ਧਨ ਔਰ ਭੂਮ ਦਾ, ਹੋਰ ਤਾਂ ਕੋਈ ਬਹਿਰ ਹੀ ਨਹੀਂ ਕਿਸੇ ਦਾ, ਝਗੜਾ ਧਨ ਔਰ ਭੂਮ 'ਤੇ ਆ ਕੇ ਹੁਣ ਤਿਸਕਾ ਮੂਹਾ ਜਗਤ ਕਰ ਘੇਰਾ, ਇਹਦਾ ਘੇਰਾ ਅੰਗਰੇਜ਼ਾਂ ਨੇ ਅੱਧੀ ਦੁਨੀਆਂ 'ਤੇ ਰਾਜ ਕਰ ਲਿਆ, ਲੋਕਾਂ ਨੇ ਖੂਜੇ ਲਾਤੇ ਹੋ, ਹੁਣ ਅਮਰੀਕਾ ਚਾਹੁੰਦਾ ਮੈਂ ਕਰ ਲਾਂ, ਕਦੇ ਕੋਈ ਚਾਹੁੰਦਾ ਕਦੇ ਕੋਈ ਚਾਹੁੰਦਾ, ਚਾਈਨਾ ਚਾਹੁੰਦਾ ਮੈਂ ਕਰ ਲਾਂ, ਕਿਸੇ ਵੇਲੇ ਰਸ਼ੀਆ ਚਾਹੁੰਦਾ ਦੀ ਹੁਣ ਆਪੇ ਟੁੱਟ ਗਿਆ, ਇਹ ਤਾਂ ਹੁੰਦਾ ਹੀ ਰਹਿੰਦਾ, ਮਾਇਆ ਦਾ ਝਗੜਾ ਚੱਲਦਾ ਹੀ ਰਹਿੰਦਾ। ਪਰ ਸਿੱਖੀ ਤਾਂ ਝਗੜਾ ਛਡਾਉਂਦੀ ਹੈ, ਜਿਹੜੇ ਸਿੱਖੀ ਸੰਸਥਾਵਾਂ ਦੇ ਵਿੱਚ ਇਹ ਗੱਲਾਂ ਕਰਦੇ ਨੇ ਉਹ ਕੌਣ ਨੇ? ਸਿੱਖੀ ਦੇ ਨਾਂ 'ਤੇ ਸੰਸਥਾ ਬਣਾਈ, ਇਹ ਗੱਲਾਂ ਕਰਦੇ ਨੇ ਵਿਤਕਰੇ ਦੀਆਂ, ਉਹ ਕਿਉਂ ਕਰਦੇ ਨੇ? ਸਵਾਲ ਇਹ ਹੈ, ਦੁਨੀਆਂ ਕਰੇ ਕਰਦੀ ਰਹੇ, ਸਿੱਖੀ ਦੇ ਘਰ 'ਚ ਵਿਹੜੇ 'ਚ ਕਿਉਂ ਇਹ ਗੱਲਾਂ ਬਣੀਆਂ ਹੋਈਆਂ ਨੇ? ਇਹ ਲੋਕਾਂ ਨੂੰ ਪਛਾਣ ਕਰਕੇ ਇਹਨਾਂ ਲੋਕਾਂ ਨੂੰ ਮੰਨਣਾ ਵੀ ਇਹ ਸਿੱਖ ਨਹੀਂ ਹਨ, ਇਹ ਝਗੜਾ ਜਿਹੜਾ ਸਾਡੇ ਸਿੱਖੀ ਦੇ ਵਿਹੜੇ 'ਚ ਲੈ ਕੇ ਆਉਂਦਾ ਸਿੱਖ ਨਹੀਂ ਹੈ, ਉਹ ਤਾਂ ਸਿੱਖੀ ਦਾ ਦੁਸ਼ਮਣ ਹੈ, ਉਹ ਤੋਂ ਬਚ ਕੇ ਰਹਿਣਾ। ਥੋੜ੍ਹੇ ਚੰਗਿਆਂ ਬਹੁਤਿਆਂ ਦੀ ਲੋੜ ਨਹੀਂ ਹੈ, ਪਰ ਕਲੇਸ਼ ਵਾਲਾ ਬੰਦਾ ਨਹੀਂ ਵਿਚਵਾੜਨਾ, ਕਲੇਸ਼ ਵਾਲੇ ਨੂੰ ਸਿੱਖੀ ਨਹੀਂ ਮੰਨਣਾ। ਗੁਰੂ ਨੇ ਪੰਜ ਪਿਆਰੇ ਛਾਂਟ ਲਏ, ਬਸ ਇੰਨੇ ਹੀ ਬਹੁਤ ਨੇ ਮੈਨੂੰ, ਕਲੇਸ਼ ਵਾਲੇ ਨਹੀਂ ਚਾਹੀਦੇ। ਉਹਨਾਂ ਪੰਜਾਂ ਦਾ ਆਪ ਵਿੱਚ ਕਦੇ ਵਿਤਕਰਾ ਹੋਇਆ ਕਿਸੇ ਗੱਲ 'ਤੇ? ਕਿਤੇ ਵੀ ਨਹੀਂ ਹੋਇਆ, ਬਾਅਦ 'ਚ ਵੀ ਨਹੀਂ ਹੋਇਆ। ਇਹ ਜਿਹੇ ਚਾਹੀਦੇ ਨੇ ਜਿਹੜੇ ਮਾਇਆ ਤੋਂ ਉੱਪਰ ਰਹਿਣ, ਪਰਮਾਨੰਦ ਦੀ ਅਵਸਥਾ 'ਚ ਰਹਿਣ, ਫਿਰ ਝਗੜਾ ਨਹੀਂ, ਕਿਉਂਕਿ ਧਨ ਔਰ ਭੂਮ ਥੱਲੇ ਆ ਕੇ ਝਗੜਾ ਨਾ, ਝਗੜਾ ਸਰਦਾਰੀਆਂ ਦਾ, ਜਦੋਂ ਤੋਂ ਸਰਦਾਰ ਬਣੇ ਨੇ ਜਦੋਂ ਤੋਂ ਝਗੜੇ ਹੋ ਗਏ, ਸਰਦਾਰੀ ਖਾਤਰ ਇੰਨੇ ਟੋਲੇ ਬਣੇ ਨੇ ਇਹਨਾਂ ਦੇ, ਅਕਾਲੀ ਦਲ ਜਿਹੜੇ ਢੱਲੇ ਬਣੇ ਨੇ ਸਰਦਾਰੀ ਦੇ ਹੀ ਨੇ, ਉਹ ਕਹਿੰਦਾ ਸਰਦਾਰੀ ਮੈਨੂੰ ਮਿਲ ਜਾਓ, ਕਹਿੰਦਾ ਮੈਨੂੰ ਮਿਲ ਜਾਏ, ਝਗੜਾ ਹੀ ਇਸ ਗੱਲ ਦਾ। ਗੁਰਬਾਣੀ ਇੱਦੋਂ ਉੱਪਰ ਉਠਾਉਂਦੀ ਹੈ, ਜੇ ਝਗੜਾ ਮੁਕਾਉਣਾ ਤਾਂ ਉੱਪਰ ਉੱਠ ਜਾਓ, ਇੱਦੋਂ ਉੱਚੀ ਅਵਸਥਾ ਚਲੇ ਜਾਓ, ਉਸ ਅਵਸਥਾ ਜਾਣਾ ਨਹੀਂ ਚਾਹੁੰਦੇ, ਕਿਉਂ ਬਾਰ ਬਾਰ ਮਾਇਆ 'ਤੇ ਅਟਕੇ, ਮਾਇਆ 'ਤੇ ਅਟਕੇ ਹੋਏ ਨੇ ਨਾ, ਉੱਪਰ ਕਿਵੇਂ ਉੱਠਣ? ਉੱਪਰ ਤਾਂ ਮਰ ਕੇ ਉੱਠਦਾ ਮੌਤ ਹੈ, ਇਸੇ ਨੂੰ ਮੌਤ ਕਹਿੰਦੇ ਨੇ, ਮਾਇਆ ਤੋਂ ਉੱਪਰ ਉੱਠ ਜਾਣਾ, ਇਹ ਤਾਂ ਮੌਤ ਹੈ, ਇਹ ਤਾਂ ਮਰ ਕੇ ਛੱਡਣਗੇ, ਮਾਇਆ ਮਰਨ ਤੋਂ ਪਹਿਲਾਂ ਨਹੀਂ ਛੁੱਟਦੀ ਇਹਨਾਂ 'ਤੇ, ਇਹ ਤਾਂ ਜਿਉਂਦੇ ਨੇ ਮਰਨਾ, ਬਸ ਇੰਨਾ ਹੀ ਫਰਕ ਹੈ, ਜਿਹੜਾ ਜਿਉਂਦਾ ਛੱਡ ਦਿੰਦਾ ਜਿਉਂਦਾ ਮਰ ਗਿਆ, ਨਹੀਂ ਮਰੇ ਤਾਂ ਛੁੱਟ ਜਾਣੀ ਹੋਈ ਹੈ, ਮਰੇ ਤੋਂ ਤਾਂ ਛੁੱਟੇ ਜਾਣੀ ਹੈ, ਜਿਹੜੀ ਚੀਜ਼ ਛੁੱਟ ਜਾਣੀ ਹੈ ਉਹਨੂੰ ਛੱਡ ਦਈਏ। ਜਿਹੜਾ ਸਿਆਣਾ ਬੰਦਾ ਜਾਂ ਪੁਲਿਸ ਸੁਨੇਹਾ ਭੇਜ ਦੇਵੇ ਨਾ ਥਾਣੇਦਾਰ, ਕੋਈ ਸਿਪਾਹੀ ਆ ਕੇ ਤੁਹਾਨੂੰ ਥਾਣੇ ਸੱਦਿਆ, ਚਾਹੇ ਕੋਈ ਚੰਗੀ ਖਬਰੇ ਦੇਣੀ ਹੋਵੇ, ਜਿਹੜਾ ਜਾਵੇ ਨਾ ਉਹ ਸ਼ੱਕੀ ਹੋ ਜਾਂਦਾ ਵੀ ਆਉਂਦਾ ਕਿਉਂ ਨਹੀਂ, ਚਾਹੇ ਉਹਦਾ ਕਸੂਰ ਵੀ ਹੋਵੇ, ਜਿਹੜਾ ਚਲਿਆ ਜਾਵੇ ਪੁਲਿਸ ਉਹਨੂੰ ਚੰਗਾ ਸਮਝਦੀ ਹੈ ਵੀ ਬੰਦਾ ਸ਼ਰੀਫ ਹੈ, ਗਲਤੀ ਹੋ ਗਈ ਹੋਊਗੀ, ਪਰ ਜਿਹੜਾ ਜਾਵੇ ਨਾ ਪੁਲਿਸ ਵਾਲੇ ਜਾਣ ਭੱਜ ਜਾਵੇ, ਕਿੰਨਾ ਉਹ ਕਹਿੰਦਾ ਭੱਜ ਲਿਆ ਕਿੰਨਾ ਚਿਰ ਭੱਜੇਗਾ, ਖਿਲਾਫ ਹੋ ਗਈ ਨਾ ਪੁਲਿਸ ਉੱਥੇ। ਉਹ ਜੇ ਮਾਇਆ ਨੂੰ ਜਿਹੜੀ ਛੱਡਣੀ ਹੈ ਪਹਿਲਾਂ ਹੀ ਛੱਡ ਦਿਓ, ਜਿਹੜੇ ਨਹੀਂ ਛੱਡਦੇ ਮੁਲਜ਼ਮ ਨੇ ਦਰਗਾਹ ਦੇ ਵਿੱਚ,
ਆਪਣੀ ਮੰਨੀ ਬੈਠੇ ਨੇ ਉਹ, ਪਰ ਕੀ ਕੋ ਆਪਣੀ ਕਹੇ ਜਾਂ ਪਰ ਕੇ ਸਰੀਰ ਨੂੰ ਆਪਣਾ ਮੰਨੀ ਬੈਠੇ ਹੋ, ਪਰ ਕੀ ਮਾਂ ਨੂੰ ਆਪਣੀ ਮੰਨੀ ਬੈ ਆਪਣਾ ਨਹੀਂ ਪਾਇਆ, ਸੱਚਖੰਡ ਵਾਲੇ ਸਾਡੇ ਸਾਰੇ ਆਪਣੇ ਨੇ, ਉਹਨਾਂ ਨੂੰ ਨਹੀਂ ਚੰਗੀ ਲੱਗਦੀ ਇਹ ਗੱਲ, ਇਹ ਗੱਲ ਨਹੀਂ ਚੰਗੀ ਲੱਗੀ ਸੱਚਖੰਡ ਦੇ ਵਿੱਚ, ਇਹ ਗੱਲ ਨਹੀਂ, ਸਰਕਾਰ ਸਾਡੀ ਹੈ, ਪੁਲਿਸ ਸਾਡੀ ਹੈ, ਸਾਨੂੰ ਨਹੀਂ, ਪੁਲਿਸ ਨੂੰ ਨਹੀਂ ਚੰਗੀ ਲੱਗੀ ਇਹ ਗੱਲ, ਭੱਜਿਆ ਕਿਉਂ ਬਈ ਤੂੰ, ਤੇਰੇ ਖਿਲਾਫ ਤਨਖਾਹ ਝੂਠੀ ਵੀ ਹੋ ਸਕਦੀ ਹੈ, ਸੱਚੀ ਵੀ ਹੋ ਸਕਦੀ ਹੈ, ਤੂੰ ਕਲੈਰੀਫਿਕੇਸ਼ਨ ਦੇ ਆ ਕੇ, ਜੇ ਗਲਤੀ ਕੋਈ ਹੋ ਗਈ ਮੰਨ ਲੈ, ਚਲੋ ਜੇ ਜੇ ਨਹੀਂ ਕਾਨੂੰਨੀ ਕਹੋ ਜੀ ਆਹ ਗੱਲ ਹੋ ਗਈ, ਕਾਨੂੰਨੀ ਕਾਰਵਾਈ ਕਰ ਲਓ, ਆਪਾਂ ਤਾਂ ਕਰਨਾ, ਜੇ ਹੋ ਗਈ ਕੋਈ ਗੱਲ, ਲੜਾਈ ਪੜ੍ਹਾਈ ਵੀ ਹੋ ਜਾਂਦੀ ਹੈ, ਕਤਲ ਵੀ ਹੋ ਜਾਂਦੇ ਨੇ, ਸਿਆਣੇ ਬੰਦੇ ਕਹਿੰਦੇ ਨੇ ਵੀ ਕਤਲ ਹੋ ਗਿਆ ਤੁਸੀਂ ਆਪਣੀ ਕਾਰਵਾਈ ਕਰ ਲਓ, ਉਹ ਵੀ ਕਹਿੰਦੇ ਠੀਕ ਹੈ, ਉਹਨਾਂ ਨੇ ਕਾਰਵਾਈ ਕਰਨੀ ਹੈ, ਅੱਗੇ ਅਦਾਲਤ ਨੇ ਕਰਨਾ ਫੈਸਲਾ, ਤਾਂ ਗਲਤੀ ਨੂੰ ਮੰਨ ਲੈਣਾ ਵੀ ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ, ਉਹੀ ਗੱਲ ਹੈ, ਇੱਥੇ ਇੱਕੋ ਹੀ ਗੱਲ ਹੈ, ਕੋਈ ਫਰਕ ਬਹੁਤਾ ਨਹੀਂ ਹੈਗਾ, ਸਾਡੇ ਵੀ ਇੱਥੇ ਸਰਕਾਰ ਬਣੀ ਹੈ, ਸਾਡੇ ਵੀ ਕਾਨੂੰਨ ਨੇ, ਦਰਗਾਹ ਦਾ ਵੀ ਕਾਨੂੰਨ ਹੈ, ਬਗਾਨੀ ਕਿਰਾਏਦਾਰ ਨਿਕਲੇ ਨਾ ਘਰ ਦੇ ਵਿੱਚੋਂ, ਬਦਨੀਅਤ ਹੋ ਜਾਏ, ਸਰਕਾਰ ਚੰਗਾ ਸਮਝੂ ਉਹਨੂੰ, ਨਾ ਉਹਨੂੰ ਚਾਰ ਆਦਮੀ ਚੰਗਾ ਸਮਝਣ, ਪਬਲਿਕ ਚੰਗਾ ਸਮਝੇ, ਕਹਿਣ ਨੂੰ ਤਾਂ ਅਸੀਂ ਕਹਿੰਦੇ ਸਭ ਕੁਝ ਪਰਮੇਸ਼ਰ ਦਾ, ਪਰ ਅੰਦਰੋਂ ਕੁਛ ਕੁੱਟ ਲਗਾਂਟ ਹੈ, ਅੰਦਰ ਅੰਦਰ ਕੀ ਆ, ਉਹੀ ਕੁੱਟ ਲਗਾਂਟ, ਜਦ ਕੁੱਟ ਲਗਾਂਟ ਖੁੱਲਦੀ ਹੈ ਤਾਂ ਜਿਉਂਦਾ ਮਰਦਾ ਨਹੀਂ, ਮਰਦਾ ਹੀ ਨਹੀਂ, ਕੁੱਟ ਲਗਾਂਟ ਖੁੱਲੀ ਤੇ ਪਹਿਲਾਂ ਸੱਚ ਨੂੰ ਨਹੀਂ ਮੰਨਦਾ ਕੋਈ ਵੀ, ਸਿੱਖਾਂ ਦੇ ਅੰਦਰ ਕੁੱਟ ਲਗਾਂਟ ਹੈ, ਉਹ ਕੁੱਟ ਲਗਾਂਟ ਸਿੱਖੀ ਨੂੰ ਗੁਰਬਾਣੀ ਨੂੰ ਮੰਨਣ ਨਹੀਂ ਦਿੰਦੀ, ਜਦ ਖੁੱਲ ਗਈ ਉਹ ਕੁੱਟ ਲਗਾਂਟ ਹੈ, ਸਾਨੂੰ ਮਾਇਆ ਨਾਲ ਬੰਨੀ ਫਿਰਦੀ ਹੈ, ਬੰਦੇ ਹੋ ਆਪ ਬਚਨੀ, ਉਹ ਕੁੱਟਲ ਗਾਂਟ ਹੈ, ਸਾਂਕਲ ਜੇਵੜੀ ਹੈ, ਬੇਦਕੀ ਪੁੱਤਰੀ ਸਿਮਰਤੀ ਭਾਈ ਸਾਂਕਲ ਜੇਵੜੀ ਲਾਈ, ਅਸੀਂ ਆਪਣੇ ਆਪ ਨੂੰ ਆਪ ਬੰਨਿਆ ਹੋਇਆ ਮਾਇਆ ਨਾਲ, ਕਿਸੇ ਨੇ ਨਹੀਂ ਸਾਨੂੰ ਬੰਨਿਆ, ਛੱਡ ਦਿਓ, ਕੁੱਟਲ ਗਾਂਟ ਖੁੱਲ ਜੂਗੀ, ਖੋਲਦਾ ਤਾਂ ਆਪ ਨਹੀਂ ਹੈ, ਬਾਣੀ ਨੂੰ ਕੋਈ ਮੰਨਣ ਨੂੰ ਮਜਬੂਰ ਕਰਦਾ, ਤੁਸੀਂ ਨਾ ਮੰਨੋ ਜਾਂ ਮੰਨੋ, ਬਣਦਾ ਆਪਣਾ ਨਹੀਂ ਬਣਦਾ ਤਾਂ ਨਹੀਂ ਬਣਦਾ, ਹਾਂਜੀ, ਕਹਿ ਕਬੀਰ ਮੇਰਾ ਮਨ ਮਾਨਿਆ ਰਾਮ ਪ੍ਰੀਤ ਕਿਉ ਲੈ ਦੇਵ, ਕਬੀਰ ਕਹਿੰਦਾ ਮੇਰਾ ਮਨ ਮੰਨ ਗਿਆ ਰਾਮ ਪ੍ਰੀਤ ਕਰਨ ਨੂੰ, ਕਿਉਂ ਰਾਮ ਪ੍ਰੀਤ ਵਾਲੀ ਭਗਤੀ ਲੈ ਲਈ ਨਾ, ਪ੍ਰੇਮਾ ਭਗਤੀ ਹੈ ਇਹਦਾ ਨਾਮ, ਇਹ ਪ੍ਰੇਮਾ ਭਗਤੀ ਹੈ, ਸਾਰਿਆਂ ਨਾਲ ਪ੍ਰੇਮ ਪੈਦਾ ਕਰਨ ਵਾਲੀ ਹੈ ਭਗਤੀ, ਕੁੱਟਲ ਗਾਂਠ ਖੁੱਲ ਗਈ ਸਾਰਿਆਂ ਨਾਲ ਆਪੇ ਪ੍ਰੇਮ ਹੋ ਗਿਆ, ਉਹ ਕੁੱਟਲ ਗਾਂਠ ਨਹੀਂ ਪ੍ਰੇਮ ਕਰਨ ਦੀ, ਆ ਮੇਰਾ ਮੇਰਾ ਹੈ ਨਹੀਂ, ਸਕੇ ਭਾਈ ਦੇ ਜਵਾਕ ਨੂੰ ਨਹੀਂ ਆਪਣਾ ਸਮਝਦਾ, ਹੋਰ ਦੱਸ ਕਿਹਨੂੰ ਸਮਝੂਗਾ, ਆਪਣੇ ਸਕੇ ਭਾਈ ਦੇ ਜਵਾਕ ਜਦ ਫਰਕ ਹੈ, ਆਪਣਿਆਂ ਦੇ ਵਿੱਚ ਕਈਆਂ ਦਾ ਆਪਣਿਆਂ 'ਚ ਫਰਕ ਹੈ, ਛੋਟਾ ਚੰਗਾ ਆ, ਬੜਾ ਚੰਗਾ, ਛੋਟਾ ਨਹੀਂ ਚੰਗਾ, ਅਤੇ ਕੁੱਟਲ ਗਾਂਠ ਦਾ ਘਰ 'ਚ ਆ ਬੜੀ, ਇਹ ਕੁੱਟਲ ਗਾਂਠ ਜਗ੍ਹਾ ਜਗ੍ਹਾ ਸਿਆਪਾ ਪਾਉਂਦੀ ਹੈ, ਇਹ ਲੜਾਈ ਦੀ ਜਾਲ ਹੈ, ਕੁੱਟਲ ਗਾਂਠ ਵਿਤਕਰੇ ਦੀ ਜਾਲ ਇਹੀ ਹੈ, ਜੇ ਖੁੱਲ ਜਾਏ ਝਗੜਾ ਹੀ ਬੋਲਿਆ, ਹਮਲਾ ਝਗੜਾ ਰਹਾ ਨਾ ਕੋ ਪੰਡਿਤ ਮੁੱਲਾ, ਨਾ ਮੁੱਲਾ ਕੁੱਟਲ ਗਾਂਠ ਖੁੱਲਣ ਦਿੰਦਾ, ਨਾ ਪੰਡਿਤ ਖੁੱਲਣ ਦਿੰਦਾ, ਭਗਤ ਖੋਲਦੇ ਨੇ ਕੁੱਟਲ ਗਾਂਠ, ਇਹ ਕਹਿੰਦੇ ਖੋਲ ਦਿਓ, ਏਕਤਾ ਹੋਜੂਗੀ, ਝਗੜਾ ਮੁੱਕ ਜੂਗਾ, ਝਗੜਾ ਮੁਕਾਉਣ ਖਾਤਰ ਕੁੱਟਲ ਗਾਂਠ ਖੁੱਲਣ ਦੀ ਲੋੜ ਹੈ, ਜਿੱਦਾਂ ਕੁੱਟਲ ਗਾਂਠ ਖੁੱਲ ਗਈ ਨਾ, ਸਿਆਸਤਦਾਨ ਸਾਰੇ ਕੁੱਟਲ ਨੀਤੀ 'ਤੇ ਚੱਲਦੇ ਨੇ, ਸਿਆਸਤਦਾਨ ਦੇ ਹਰੇਕ ਦੇ ਅੰਦਰ ਗਾਂਠ ਹੈ ਕੁੱਟਲ ਗਾਂਠ, ਇਹ ਤਾਂ ਬੜਾ ਚੰਗਾ ਸਮਝਦੇ ਨੇ ਰੂਹ ਕੁੱਟਲ ਨੀਤੀ ਨੂੰ, ਇਹ ਝਗੜੇ ਦੀ ਜਾਲ ਹੈ, ਇਹ ਝਗੜੇ ਦੀ ਜਾਲ ਹੈ, ਇਹਨੇ ਅੱਤਵਾਦ ਪੈਦਾ ਕੀਤਾ, ਅਮਲ ਨਹੀਂ ਸੰਸਾਰ 'ਚ ਹੋ ਸਕਦਾ ਜਿੰਨਾ ਚਿਰ ਸਿਆਸਤਦਾਨਾਂ ਦੇ ਅੰਦਰ ਕੁੱਟਲ ਗਾਂਠ ਹੈ, ਇਹ ਖੋਲ ਲੈਣ ਅਮਲ ਹੋ ਜੂਗਾ ਸਾਰੀ ਦੁਨੀਆਂ 'ਚ, ਪਰ ਖੋਲੇ ਕੌਣ, ਖੋਲੇ ਕੌਣ, ਇਹ ਝਗੜੇ ਦੀ ਜਾਲ ਹੈ, ਇਸ ਕੁੱਟਲ ਗਾਂਠ ਨੇ ਹੀ ਉੱਥੋਂ ਕੱਢੇ ਨੇ ਸਾਰੇ ਸੱਚਖੰਡ 'ਚੋਂ, ਜਿੰਨਾ ਚਿਰ ਕੁੱਟਲ ਗਾਂਠ ਹੈਗੀ ਆ ਸੱਚਖੰਡ 'ਚ ਕਿਸੇ ਨੇ ਨਹੀਂ ਬਣ ਦੇਣਾ, ਕਿਸੇ ਨੂੰ ਇੱਥੇ ਲੜੀ ਜਾਓ ਮਰੀ ਜਾਓ, ਖੁੱਲ੍ਹਾ ਦਿੱਤਾ ਹੈ ਮੈਦਾਨ, ਬਰੂਦ ਇੱਥੇ ਹੈ, ਲੋਹਾ ਇੱਥੇ ਹੈ, ਤੋਪਾਂ ਬਣਾ ਲਓ, ਬਰਛੇ ਬਣਾ ਲਓ, ਤਲਵਾਰਾਂ ਬਣਾ ਲਓ, ਸੋਨਾ ਇੱਥੇ ਹੈ, ਹੀਰੇ ਇੱਥੇ ਨੇ, ਧਰਤੀ ਇੱਥੇ ਹੈ, ਇਹਦੇ ਵਾਸਤੇ ਜਿਹਦੇ ਵਾਸਤੇ ਲੜਨਾ, ਜਿਹਦੇ ਵਾਸਤੇ ਲੜਨਾ ਉਹ ਚੀਜ਼ ਇੱਥੇ, ਜਿਹਦੇ ਨਾਲ ਲੜਨਾ ਉਹ ਵੀ ਇੱਥੇ ਹੈ,
ਐਨ ਖੁੱਲ੍ਹੀ ਦੇਤੀ ਤੁਹਾਨੂੰ, ਬੰਬ ਬਣਾ ਲਏ ਬੜੇ ਬੜੇ, ਲੜੋ ਕਰੋ ਐਸ਼ ਬਾਹਰੋਂ ਹਰ ਮਰੋ, ਇੱਥੇ ਹੀ ਵਾ ਉੱਥੇ ਨਹੀਂ ਕੋਈ ਪੁੱਛਦਾ ਤੁਹਾਨੂੰ, ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਜੇ ਕੁਟਲ ਦੀ ਗਾਂਠ ਵਾਲਾ ਕੁਟਲ ਗਾਂਠ ਵਾਲੇ ਨੂੰ ਮਾਰਦੇ ਨੇ ਉਹ ਕਹਿੰਦੇ ਮਰਨ ਦਿਓ, ਇਹਨਾਂ ਨੂੰ ਉਹ ਨਹੀਂ ਪਰਵਾਹ ਕਰਦੇ ਇਹਨਾਂ ਦੀ।